ਤੁਸੀਂ ਦੇਖ ਰਹੇ ਹੋ ਜਸ ਟੀਵੀ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਗੱਲ ਹੋਵੇਗੀ ਸਿਹਤ ਸੇਵਾਵਾਂ ਦੀ। ਸਿਹਤ ਸੇਵਾਵਾਂ ਦੇ ਵਿਚਾਲੇ ਜੋ ਕੇਂਦਰੀ ਬਜਟ ਵਿੱਚ ਏਮਸ ਨੂੰ ਮਨਜ਼ੂਰੀ ਮਿਲੀ ਤਾਂ ਪੰਜਾਬ ਨੇ ਬਹੁਤ ਸੰਤੁਸ਼ਟੀ ਜਿਤਾਈ ਕਿ ਪੰਜਾਬ ਨੂੰ ਏਮਸ ਵਰਗੇ ਇੱਕ ਮੈਡੀਕਲ ਸਹੂਲਤ ਦੀ ਲੋੜ ਹੈਗੀ ਹੈ ਅਤੇ ਇਸ ਕਰਕੇ ਪੰਜਾਬ ਨੂੰ ਮਿਲਣਾ ਚਾਹੀਦਾ, ਖਾਸ ਕਰਕੇ ਮਾਲਵਾ ਪੱਟੀ ਨੂੰ, ਕਿਉਂਕਿ ਮਾਲਵਾ ਪੱਟੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਬਿਮਾਰੀਆਂ ਨੇ ਪੰਜਾਬ ਨੂੰ ਘੇਰਿਆ ਹੋਇਆ। ਇਸੇ ਕਰਕੇ ਉਸ ਤੋਂ ਬਾਅਦ ਸਾਰਿਆਂ ਨੇ ਧੰਨਵਾਦ ਵੀ ਕੀਤਾ ਕੇਂਦਰ ਸਰਕਾਰ ਦਾ, ਪਰ ਉਸ ਤੋਂ ਬਾਅਦ ਸਿਆਸਤ ਸ਼ੁਰੂ ਹੋ ਗਈ। ਸਿਆਸਤ ਇੱਥੇ ਆ ਕੇ ਸ਼ੁਰੂ ਹੋਈ ਕਿ NOC ਨਹੀਂ ਮਿਲਦੀ ਪਈ, ਪ੍ਰਵਾਨਗੀ ਨਹੀਂ ਮਿਲਦੀ ਪਈ, 925 ਕਰੋੜ ਦਾ ਪ੍ਰੋਜੈਕਟ ਹੈਗਾ, 750 ਬੈੱਡ ਦਾ ਪ੍ਰੋਜੈਕਟ ਹੈਗਾ, OPD ਸ਼ੁਰੂ ਕਰਨੀ ਹੈਗੀ ਹੈ, ਦਾਖਲੇ ਦੇਣੇ ਹੈਗੇ ਆ, ਬਹੁਤ ਕੁਛ ਇਸ 'ਤੇ ਸ਼ੁਰੂ ਹੋਇਆ। 2017 ਦੀ ਸਿਆਸਤ ਤੋਂ ਪਹਿਲਾਂ ਸ਼ੁਰੂ ਹੋਇਆ ਸੀਗਾ, ਹੁਣ 2019 ਦੀ ਸਿਆਸਤ ਤੋਂ ਪਹਿਲਾਂ ਸਭ ਕੁਛ ਸ਼ੁਰੂ ਹੋ ਚੁੱਕਿਆ, ਅਤੇ ਮਰੀਜ਼ਾਂ ਦਾ ਕਿੰਨਾ ਖਿਆਲ ਹੈਗਾ ਜਾਂ ਸਿਰਫ ਸਿਆਸਤ ਦਾ ਖਿਆਲ ਹੈਗਾ? ਅਸੀਂ ਸਿਰਫ ਇੱਕੋ ਸਵਾਲ ਪੁੱਛਾਂਗੇ, ਏਮਸ ਦਾ ਏਜੰਡਾ ਕੀ ਹੈ? ਏਮਸ ਦੇ ਸਿਆਸੀ ਟੀਕੇ ਲਗਾਏ ਜਾ ਰਹੇ ਇੱਕ ਦੂਜੇ ਨੂੰ, ਅਤੇ ਅੱਜ ਬਹਿਸ ਇਸੇ ਲਈ ਕਰ ਰਹੇ ਹਾਂ। ਅਤੇ ਬਹਿਸ ਕਿਉਂ ਕਰ ਰਹੇ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਬਠਿੰਡਾ ਵਿੱਚ AMC ਉਸਾਰੀ ਦਾ ਕੰਮ ਸ਼ੁਰੂ ਕਰਾਇਆ ਗਿਆ। ਬਠਿੰਡਾ ਤੋਂ MP ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉੱਥੇ ਬੂਟਾ ਵੀ ਲਾਇਆ ਅਤੇ ਇੱਕ ਕਰੰਡੀ ਨਾਲ ਜਿਹੜਾ ਉਹ ਸੀਮਟ ਵੀ ਪਾਇਆ, ਇੱਟਾਂ ਵੀ ਰੱਖੀਆਂ ਹੈਗੀਆਂ। ਅਗਲੇ ਸਾਲ ਤੱਕ OPD ਸ਼ੁਰੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਦਾਅਵਾ ਇਹ ਵੀ ਹੈ ਕਿ ਬਿਨਾਂ ਸੂਬਾ ਸਰਕਾਰ ਦੀ ਕਲੀਅਰੈਂਸ ਤੋਂ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਸੂਬਾ ਸਰਕਾਰ ਦਾ ਤਰਕ ਹੈ, ਸਾਡੇ ਵੱਲੋਂ ਕੋਈ ਉਡੀਕਾ ਨਹੀਂ। ਅਕਤੂਬਰ 2016 ਵਿੱਚ PM ਮੋਦੀ ਨੇ ਰੱਖਿਆ ਸੀ ਨੀਂਹ ਪੱਥਰ, ਜਦੋਂ ਮੋਦੀ ਮਲੋਟ ਆਏ ਸੀਗੇ ਉਦੋਂ ਵੀ ਸੁਣਾ ਕੇ ਗਏ ਸੀਗੇ ਕਿ ਤੁਸੀਂ ਕੰਮ ਸ਼ੁਰੂ ਨਹੀਂ ਕਰਵਾ ਰਹੇਗੇ। ਇਸ ਸਭ 'ਤੇ ਸਿਆਸਤ ਕਹਿੰਦੀ ਕੀ ਹੈ, ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਗੋਬਾਲ ਦਾ ਬਿਆਨ ਸੁਣ ਲਈਏ। ਅਪ੍ਰੈਲ ਦੇ ਮਹੀਨੇ ਤੋਂ ਮੰਗ ਕਰ ਰਹੇ ਹੋ ਅਤੇ ਅੱਜ ਅਗਸਤ ਆ ਗਈ, ਅਜੇ ਤਾਂ ਇਨਵਾਇਰਮੈਂਟ ਕਲੀਅਰੈਂਸ ਦੀ ਚਿੱਠੀ ਮੇਰੇ ਹੱਥ 'ਚ ਤਾਂ ਪਹੁੰਚੀ ਨਹੀਂ। ਸੋ ਜਿਹੜਾ ਕੰਮ ਪਰਮਿਸ਼ਨ ਦੇ ਬਿਨਾਂ ਸ਼ੁਰੂ ਹੋਇਆ ਹੈਗਾ ਉਹ ਅੱਜ ਸ਼ੁਰੂ ਕਰਤਾ ਹੈਗਾ, ਲੇਕਿਨ ਇਸ ਕੰਮ ਨੂੰ ਪਰਮਿਸ਼ਨਸ ਦੇ ਨਾਲ ਅਸੀਂ 1 ਜੂਨ ਤੋਂ ਟਾਰਗੇਟ ਕੀਤਾ ਸੀ, ਜਿਹਦੇ ਕਰਕੇ ਅਸੀਂ ਜਨਵਰੀ ਫੈਬਰੀ 'ਚ ਅਸੀਂ OPD ਸ਼ੁਰੂ ਕਰ ਰਹੇ ਸੀ। ਲੇਕਿਨ ਅੱਜ ਵੀ ਮੈਂ ਕਹਿ ਰਹੀ ਹਾਂ, ਭਾਵੇਂ ਇਹ 100 ਅਡੀਕਾ ਲਾਣ, ਕੰਪਨੀ ਨੂੰ ਆਹੀ ਹੈ ਕਿ ਫੈਬਰੀ 'ਚ ਅਸੀਂ OPD ਸ਼ੁਰੂ ਕਰਨੀ ਹੈ। ਮੈਂ ਆਪਣੇ ਟਾਈਮਲਾਈਨਸ ਨੂੰ ਮੈਂ ਨਹੀਂ ਚੇਂਜ ਕਰ ਰਹੀ, ਅੱਜ ਬਿਨਾਂ ਪਰਮਿਸ਼ਨ ਫਾੜ 'ਚ ਜਾਣ ਅਸੀਂ ਕੰਮ ਸ਼ੁਰੂ ਕਰਤਾ, ਕਿਉਂਕਿ ਅਸੀਂ ਮਾੜਾ ਕੰਮ ਕੋਈ ਨਹੀਂ ਕਰ ਰਹੇ, ਅਸੀਂ ਚੰਗਾ ਕੰਮ ਕਰ ਰਹੇ ਨੇ। ਜੇ ਕੋਈ ਚੰਗੇ ਕੰਮ 'ਚ ਆਪਣਾ ਯੋਗਦਾਨ ਨਹੀਂ ਪਾਉਣਾ ਚਾਹੁੰਦਾ, ਅਸੀਂ ਉਹਦੀ ਰਿਸਪੋਂਸੀਬਿਲਿਟੀ ਮੈਂ ਨਹੀਂ ਲੈ ਸਕਦੀ। ਅਤੇ ਕੈਪਟਨ ਸਾਹਿਬ ਇਸ ਹੱਦ ਤਾਈਂ ਹਕੀਕਤ ਤੋਂ ਟੁੱਟੇ ਹੋਏ ਨੇ ਕਿ ਮੈਨੂੰ ਫਰਵਰੀ 'ਚ ਚਿੱਠੀ ਲਿਖ ਕੇ ਦੇ ਰਹੇ ਨੇ ਕਿ ਸਾਰੀ ਚੀਜ਼ਾਂ ਦੀ ਚੀਜ਼ਾਂ ਸਾਰਾ ਰਿਜ਼ੋਲਵ ਹੋ ਗਿਆ, ਸਾਰੀ ਕਲੀਅਰੈਂਸੇ ਦਿੱਤੀਆਂ, ਹੁਣ ਤੁਸੀਂ ਕੰਮ ਸ਼ੁਰੂ ਕਰੋ। ਇਹਨਾਂ ਨੂੰ ਆਹੀ ਨਹੀਂ ਪਤਾ ਕਿ ਅੱਜ ਦੀ ਡੇਟ 'ਚ ਵੀ ਕੋਈ ਇਨਵਾਇਰਮੈਂਟ ਦੀ ਕਲੀਅਰੈਂਸ ਨਹੀਂ ਮਿਲੀ ਹੈ। ਖਾਲ ਕਹਿੰਦੇ ਖਾਲ ਦਾ ਵੀ ਕੰਮ ਹੋ ਗਿਆ, ਤਾਂ ਤੁਸੀਂ ਜਾ ਕੇ ਖਾਲ ਵੀ ਦੇਖ ਲਓ ਅਤੇ ਤਾਰ ਵੀ ਦੇਖ ਲਓ ਅਤੇ ਬਿਜਲੀ ਦਾ ਗ੍ਰਿਡ ਦਾ ਕੰਮ ਵੀ ਤੁਸੀਂ ਦੇਖ ਲਓ। ਸੋ ਜਿਹੜੇ ਮੁੱਖ ਮੰਤਰੀ ਝੂਠ ਮਾਰ ਸਕਦਾ, ਫਿਰ ਉਹਦਾ ਵਿੱਤ ਮੰਤਰੀ ਤਾਂ ਕਿੰਨਾ ਝੂਠਾ ਹੈ, ਤਾਂ ਉਹਨਾਂ ਦੇ ਮੈਨੀਫੈਸਟੋ 'ਚ ਤੁਸੀਂ ਦੇਖ ਲਓ। ਸੋ ਮੈਂ ਤਾਂ ਇਹਨਾਂ ਦੋਨਾਂ ਬਾਰੇ ਕੀ ਕਹਾਂ, ਅੱਜ ਚੈਲੰਜ ਕਰਦੀ ਹਾਂ ਮਨਪ੍ਰੀਤ ਬਾਦਲ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਮਨਜ਼ੂਰੀ ਦਿਖਾ ਦਿਓ, ਕਿੱਥੇ ਇਨਵਾਇਰਮੈਂਟ ਕਲੀਅਰੈਂਸ ਦੀ ਖੜਾ ਦਿਓ ਸਾਨੂੰ। ਜਿਹੜੇ 4-4, 6-6 ਮਹੀਨੇ ਮਨਜ਼ੂਰੀ ਕਾਗਜ਼ 'ਚ ਤੁਸੀਂ ਕਹਿੰਦਾ ਹਾਂ ਬਈ ਠੀਕ ਹੈ ਸ਼ੁਰੂ ਕਰੋ ਕੰਮ, ਜੇ ਉਹ ਮਨਜ਼ੂਰੀ 4-6 ਮਹੀਨੇ ਤੁਸੀਂ ਰੋਕ ਕੇ ਰੱਖੋਗੇ ਤਾਂ ਕਦੋਂ ਇਨਵਾਇਰਮੈਂਟ, ਕਦੋਂ ਪ੍ਰੋਜੈਕਟ ਬਣੂਗਾ? ਇਹਦੀ ਡਿਲੇ ਦੇ ਕੀ ਕੋਸਟ ਓਵਰਰਨਸ ਹੋਣਗੀਆਂ? ਨੁਕਸਾਨ ਕਿਹਦਾ ਹੋ ਰਿਹਾ ਹੈ? ਇਹ ਮੇਰਾ ਤਾਂ ਨਹੀਂ ਹੋ ਰਿਹਾ, ਨੁਕਸਾਨ ਕਿੰਦਾ ਹੋ ਰਿਹਾ? ਸਵਾਲ ਵੱਖਰਾ ਹੈਗਾ, ਪਰ ਸਭ ਤੋਂ ਵਿਚਾਲੇ ਕੁਝ ਦਿਨ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਉਹਨਾਂ ਨੇ ਕੀ ਕਿਹਾ ਸੀ ਉਹ ਵੀ ਸੁਣ ਲਈਏ। ਜਿਹੜੀ ਚੀਜ਼ 100% ਇਹਦੇ 'ਚ ਪੰਜਾਬ ਸਰਕਾਰ ਦਾ ਤਾਂ ਇੱਕ ਵੀ ਰੁਪਈਆ ਨਹੀਂ ਲੱਗਣਾ। ਹਾਂ, ਇੰਨਾ ਜ਼ਰੂਰ ਹੈ ਕਿ ਉਹਦੇ ਕੋਈ ਅਪਰੋਚ ਸੜਕ ਹੈ, ਕੋਈ ਬਿਜਲੀ ਦਾ ਇੰਤਜ਼ਾਮ ਹੈ, ਉਹ ਸਾਰਾ ਕੁਝ ਕਰਨ ਦੀ ਲੋੜ ਹੈ, ਪਰ ਇਹ ਕੋਈ ਰੋਕਣ ਦੇ ਦਾਇਰੇ 'ਚ ਨਹੀਂ ਆਉਂਦਾ। NOC ਤਾਂ ਹੁਣ ਏਮਸ ਨੇ ਅਪਲਾਈ ਕਰਨੀ ਹੈ, NOC ਤਾਂ ਜਦੋਂ ਤਾਂ ਇਹ ਅਪਲਾਈ ਨਹੀਂ ਕਰਨਗੇ, ਕੋਈ ਉਹਨਾਂ ਦੇ ਘਰੇ ਜਾ ਕੇ ਤਾਂ ਥੋੜ੍ਹੀ ਦੇ ਕੇ ਆਵਾਂਗੇ। ਸੋ ਜੇ ਉਹ ਅਪਲਾਈ ਕਰਨਗੇ ਤਾਂ ਤੁਸੀਂ ਕੀ ਸੋਚਦੇ ਹੋ ਵੀ 100% ਸੈਂਟਰ ਦਾ ਪ੍ਰੋਜੈਕਟ ਉਹਨੂੰ NOC ਗੌਰਮੈਂਟ ਨਹੀਂ ਦੇਗੀ? ਪਰ ਜੋ ਵੀ ਕੋਈ ਕਾਨੂੰਨੀ ਸ਼ਰਤਾਂ ਹੈ, ਕੋਈ CLU ਹੈ, ਕੋਈ ਮਿਊਨਸੀਪਲ ਕਾਰਪੋਰੇਸ਼ਨ ਨੂੰ ਕੋਈ ਪੈਸੇ ਭਰਨੇ ਹੈ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਤਾਂ ਫਿਰ ਏਮਸ ਦਾ ਜਿਹੜਾ ਇੱਥੋਂ ਜਦੋਂ ਮੈਨੇਜਮੈਂਟ, ਪਰ ਜਿੱਥੋਂ ਤਾਈਂ ਮੈਨੂੰ ਪਤਾ ਚੱਲਿਆ ਕਿ ਉਹ ਸਾਰੀ ਦਾ ਕੰਮ ਸ਼ੁਰੂ ਹੋ ਚੁੱਕਿਆ। ਸਵਾਲ ਇੱਕ ਪੁੱਛਾਂਗੇ, ਸਵਾਲ ਅਸੀਂ ਪੁੱਛਾਂਗੇ, ਬਠਿੰਡਾ ਵਿੱਚ ਏਮਸ ਦਾ ਕੰਮ ਸ਼ੁਰੂ ਕਰਾ ਕੇ ਹਰਸਿਮਰਤ ਕੌਰ ਬਾਦਲ ਨੇ ਕਿਹੜੀ ਸਿਆਸਤ ਨੂੰ ਆਕਸੀਜਨ ਦਿੱਤੀ ਹੈ? ਇਸ ਸਵਾਲ 'ਤੇ ਚਰਚਾ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਰਿੰਪਲ ਮਿੱਡਾ ਕਾਂਗਰਸ ਤੋਂ ਨੇ, ਰਿੰਪਲ ਮਿੱਡਾ ਤੁਹਾਡਾ ਬਹੁਤ ਸਵਾਗਤ ਹੈ। ਜੰਗਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ, ਜੰਗਵੀਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਜਸਤੇਜ ਸਿੰਘ ਆਮ ਆਦਮੀ ਪਾਰਟੀ ਤੋਂ ਹੈ, ਸਾਰੇ ਮੈਂ ਬਹੁਤ ਸਵਾਗਤ ਕਰਦੇ ਹਾਂ। ਡਾਕਟਰ ਪਹਿਲਾਗਰ ਕੁਝ ਦੇਰ 'ਚ ਸਾਡੇ ਕੋਲ ਪਹੁੰਚਣਗੇ, ਉਹ ਹੈਲਥ ਐਕਸਪਰਟ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਡਾਕਟਰ ਪਹਿਲਾਗਰ ਜਦੋਂ ਆ ਜਾਣਗੇ ਉਹਨਾਂ ਦਾ ਵੀ ਸਵਾਗਤ ਕਰਾਂਗੇ। ਜੰਗਵੀਰ ਸਿੰਘ, ਸਵਾਲ ਤੁਹਾਡੇ 'ਤੇ ਬਣਦਾ ਹੈਗਾ, ਤੁਸੀਂ ਸ਼ੁਰੂਆਤ ਕਰਾ ਦਿੱਤੀ ਹੈਗੀ ਹੈ, ਤੁਸੀਂ ਕਹਿੰਦੇ ਅਸੀਂ ਮਨਜ਼ੂਰੀ ਸਾਨੂੰ ਕੋਈ ਪਰਵਾਹ ਨਹੀਂ ਗੀ, ਅਤੇ ਮਨਪ੍ਰੀਤ ਬਾਦਲ ਇਹ ਕਹਿ ਰਹੇ ਆ ਮਨਜ਼ੂਰੀ ਲਈ ਕੁਛ ਲਿਖ ਕੇ ਦਿਓਗੇ, ਕੁਛ ਭਰੋਗੇ, ਪੈਸੇ ਭਰੋਗੇ, ਜੇ ਇੱਕ ਕਾਰਪੋਰੇਸ਼ਨ ਨੂੰ ਭਰਨੇ ਉਹਨੂੰ, CLU ਦਾ ਕੰਮ ਹੈਗਾ ਉਹਨੂੰ, ਸਾਰਾ ਕੁਛ ਕਰੋਗੇ ਤਾਂ ਫਿਰ ਹੀ ਕੁਛ ਕਰਨਗੇ ਨਾ, ਤੁਸੀਂ ਐਵੇਂ ਇਲਜ਼ਾਮ ਲਾਈ ਜਾਂਦੇ ਹੋ। KP ਜੀ, ਮੰਤਰੀ ਜੀ ਨੇ, ਹਰਸਿਮਰਤ ਜੀ ਨੇ
अपना सारे कागज मीडिया नो शेयर किए अज बठिंडे च जे तुसी कहोगे मैं भी तुहाडे नाल शेयर कर लांगा ओ सारे टाइमलाइंस उन्होंने दित्तियां और ये जेडी मंजूरी है ये यूनियन हेल्थ मिनिस्ट्री वालों जेडी एग्जीक्यूटिंग एजेंसी है यूनियन हेल्थ मिनिस्ट्री दी उन्हें अपलाई किए ने सारी मंजूरियां अपलाई कीतियां मनप्रीत जी नू बड़े सीनियर लीडर ने पर ना झूठ नहीं बोलना चाहिए तुसी ये क्यों कह रहे झूठ बोल रहे झूठ बोल रहे ने एक मिनट झूठ बोल रहे मैं दस रहा क्यों झूठ बोल रहे ने जिम्मेवार मंत्री होन ओना दा आपदा इलाका होवे हां जी यही मंत्री है कह रहे हो कि झूठ बोलदे पे पहली बार नहीं होया हां पहले यही जिम्मेवार मंत्री सी जदों मंत्री नहीं सीगा जदों इलेक्शन च गया सीगा थर्मल प्लांट दे उत्ते दरवाजे ते खड़ के इन्हे कहा सी थर्मल प्लांट बंद नहीं होन देवांगा मंत्री बन के इन्हे थर्मल प्लांट ओही बंद करता हुण यही मंत्री है जेडी गल्लां कर रहे मैं नोट कर ले जो तुसी बोल रहे सी CLU MC कॉर्पोरेशन मैं तुसी गूगल सर्च कर लो HITE वाले तो ले लो जेडे CLU MC कॉर्प जेडी इत्थे MOU साइन होया है पंजाब सरकार दे विच ते यूनियन हेल्थ मिनिस्ट्री दे विच ओ MOU दे क्लॉज पढ़ लो ओ MOU दा क्लॉज कहंदे ने ਕੀ ਸੈਂਟਰਲ ਫੰਡਡ ਹੈ ਉਹ ਤੇ ਉਹ ਗੱਲ ਤੇ ਕਰਤੀ ਆਪਣਾ ਮਨਪ੍ਰੀਤ ਜੀ ਨੇ ਉਹ ਤਾਂ ਕਿਹਾ ਉਹਨੇ ਕਿ ਦੂਜੇ ਸੈਂਟਰਲ ਫੰਡਡ ਕਹਿਤਾ ਜਿਹੜੇ ਕਲੌਜ਼ ਲਿਖੇ ਨੇ MOU ਚ ਉਹ ਨਹੀਂ ਦੱਸੇ ਔਰ ਇਹ ਮੈਂ ਮੰਨ ਨਹੀਂ ਸਕਦਾ ਕਿ ਮੰਤਰੀ ਨੂੰ ਉਹ ਕਲੌਜ਼ਾਂ ਦਾ ਪਤਾ ਨਹੀਂ ਕਲੌਜ਼ ਕਹਿੰਦੇ ਨੇ ਕਿ ਜੇ ਕੋਈ ਵੀ ਖਰਚਾ ਹੁੰਦਾ ਹੈ ਇਟ ਇਜ਼ ਟੂ ਬੀ ਟ੍ਰੀਟਡ ਐਜ਼ ਗਵਰਨਮੈਂਟ ਪ੍ਰੋਜੈਕਟ ਜੋ ਸਟੇਟ ਪ੍ਰੋਜੈਕਟ ਦੇ ਨਾਲ ਹੁੰਦਾ ਹੈ ਉਹੀ ਸੈਂਟਰਲ ਪ੍ਰੋਜੈਕਟ ਨਾਲ ਹੋਏਗਾ ਪ੍ਰਾਈਵੇਟ ਪ੍ਰੋਜੈਕਟ ਨਹੀਂ ਹੈ ਜੇ ਕੋਈ ਖਰਚਾ ਹੁੰਦਾ ਹੈ ਉਹ ਖਰਚਾ ਹੋ ਸਕਦਾ ਹੈ ਆਪਣਾ CLU ਦਾ ਉਹ ਖਰਚਾ ਹੋ ਸਕਦਾ ਹੈ ਕੋਈ ਬਿਜਲੀ ਦਾ ਜਿਹੜਾ ਅਪਲਾਈ ਕਰਨ ਦਾ ਖਰਚਾ ਹੁੰਦਾ ਹੈ ਉਹ ਖਰਚਾ ਹੋ ਸਕਦਾ ਹੈ ਗ੍ਰਿਡ ਲਾਉਣ ਦਾ ਸਾਰੇ ਖਰਚਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸਾਈਨ ਕਰਕੇ ਲਈ ਹੈ ਸਾਈਨ ਕਰਕੇ ਤੇ ਫਿਰ ਕਿਉਂ ਝੂਠ ਬੋਲ ਰਹੇ ਲੋਕਾਂ ਨੂੰ ਜੰਗਵੀਰ ਸਿੰਘ ਤੁਹਾਡੀ ਸਰਕਾਰ ਵੀ ਉਸ ਦਰਮਿਆਨ ਰਹੀ ਆ ਜਦੋਂ ਨੀਂਹ ਪੱਥਰ ਰੱਖਿਆ ਗਿਆ ਸੀਗਾ ਉਦੋਂ ਕਿਉਂ ਨਹੀਂ ਸਾਰੇ ਕੰਮ ਪੂਰੇ ਕਰ ਲਏ ਗਏ ਦੇਖੋ ਜੀ ਹੁਣ ਉਹੀ ਗੱਲ ਕਰ ਰਹੇ ਹੋ ਇਹ ਤੁਹਾਨੂੰ ਜਦੋਂ ਪਤਾ ਹੈ ਨੀਂਹ ਪੱਥਰ ਕਦੋਂ ਰੱਖਿਆ ਗਿਆ ਨੀਂਹ ਪੱਥਰ ਰੱਖਣ ਦੇ ਬਾਅਦ ਇਹ ਸਰਦਾਰ ਬਾਦਲ ਸਾਹਿਬ ਦੀ ਆਪਣਾ ਕੋਸ਼ਿਸ਼ ਵੀ ਰਹੀ ਕਿ ਪ੍ਰੋਜੈਕਟ ਨੂੰ ਅੱਗੇ ਚਲਾਉਣ ਵਾਸਤੇ ਬੜੇ ਵੱਡਾ ਆਪਣਾ ਕੰਮ ਕੀਤੇ 175 ਏਕੜ ਜ਼ਮੀਨ ਆਈਡੈਂਟੀਫਾਈ ਕੀਤੀ ਉਹ ਜ਼ਮੀਨ ਟ੍ਰਾਂਸਫਰ ਕੀਤੀ ਜਿਹੜਾ ਵੱਡਾ ਕੰਮ ਸੀ ਉਹ ਤਾਂ ਅਸੀਂ ਕਰਤਾ ਉਹਦੇ ਬਾਅਦ ਇਹ ਛੋਟੀ ਕਲੀਅਰੈਂਸਸ ਹੈ ਤੁਸੀਂ ਮੈਨੂੰ KPD ਦੱਸੋ ਤੁਸੀਂ ਮੈਨੂੰ KPD ਦੱਸੋ ਜੰਗਵੀਰ ਸਿੰਘ ਕਿੰਨਾ ਟਾਈਮ ਬਚਾ ਹੈ ਤੁਹਾਡੇ ਕੋਲ ਸਾਰੀ ਕਲੀਅਰੈਂਸ ਕਰਨ ਵਾਸਤੇ KPD ਤੁਸੀਂ ਮੈਨੂੰ ਦੱਸੋ ਇਹ ਪਹਿਲੇ ਜਿਹੜੇ ਤੁਸੀਂ ਦੱਸ ਰਹੇ ਹੋ ਨਾ ਇਹ 175 ਏਕੜਸ ਦਾ ਇਹ ਕੋਈ ਛੋਟਾ ਕੰਮ ਨਹੀਂ ਸੀ ਇਹ ਜ਼ਮੀਨ ਆਈਡੈਂਟੀਫਾਈ ਕਰਨੀ ਉਹਦਾ ਬੜਾ ਮੁੱਦਾ ਖੜਾ ਰਿਹਾ ਤੇ ਸਰਕਾਰ ਤੁਸੀਂ ਆਈਡੈਂਟੀਫਾਈ ਕਰਨੀ ਉਹਦੇ ਬਾਅਦ ਏਮਸ ਨੂੰ ਟ੍ਰਾਂਸਫਰ ਕਰਨੀ ਉਹਦੇ ਬਾਅਦ ਕਾਗਜ਼ੀ ਕਾਰਵਾਈ ਹੁੰਦੀ ਹੈ ਪਰ ਤੁਸੀਂ ਮੈਨੂੰ ਇਹ ਦੱਸੋ ਇਹ ਸਰਕਾਰ ਮੈਂ ਤੁਹਾਨੂੰ ਕਾਊਂਟਰ ਕੁਐਸਚਨ ਪੁੱਛਦਾ ਕਿ 1.5 ਸਾਲ ਚ ਇਨਵਾਇਰਮੈਂਟ ਕਲੀਅਰੈਂਸ ਬਠਿੰਡਾ ਜਿਹੜਾ ਆਪਣਾ ਏਮਸ ਦਾ ਪ੍ਰੋਜੈਕਟ ਹੈ ਕਿੰਨਾ ਕੁ ਵੱਡਾ ਇਨਵਾਇਰਮੈਂਟ ਤੋਂ ਖਤਰਾ ਹੈ ਉਹਨੂੰ ਜਿਹੜਾ 1.5 ਸਾਲ ਤੋਂ ਕਾਂਗਰਸ ਸਰਕਾਰ ਉਹਦੀ ਇਨਵਾਇਰਮੈਂਟ ਕਲੀਅਰੈਂਸ ਨਹੀਂ ਦੇ ਪਾ ਰਹੀ ਠੀਕ ਹੈ ਇਹ ਸਵਾਲ ਤੇ ਮੈਂ ਆ ਰਿਹਾ ਵਾਪਸ ਆ ਰਿਹਾ ਇੱਕ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਏਮਸ ਦਾ ਏਜੰਡਾ ਹੈ ਕੀ ਹੈ ਜੇ ਇਨਵਾਇਰਮੈਂਟ ਕਲੀਅਰੈਂਸ ਦੀ ਗੱਲ ਹੋ ਰਹੀ ਹੈ ਦਾਅਵਾ ਇਹ ਕੀਤਾ ਜਾ ਰਿਹਾ ਕਿ ਇਨਵਾਇਰਮੈਂਟ ਕਲੀਅਰੈਂਸ ਦਾ ਜਿਹੜਾ ਉਹ ਤਾਂ ਕੁਝ ਘੰਟਿਆਂ ਦਾ ਕੰਮ ਹੈਗਾ ਜੇ ਕਲੀਅਰੈਂਸ ਦੇਣੀ ਹੋਵੇ ਤਾਂ ਇੱਥੇ ਪੰਜਾਬ ਦੇ ਵਿੱਚ ਇਹ ਗੱਲ ਕਹੀ ਕਿ ਹਰ ਜਿਹੜਾ ਵੀ ਪ੍ਰੋਜੈਕਟ ਲਾਇਆ ਜਾਊਗਾ ਉਹਦੇ ਲਈ ਸਿੰਗਲ ਵਿੰਡੋ ਸਿਸਟਮ ਹੋਵੇਗਾ ਫਾਈਲਾਂ ਦਾ ਕੋਈ ਰੋਲਾ ਨਹੀਂ ਰਹੇਗਾ ਫਟਾਫਟ ਕੰਮ ਹੋ ਜਾਵੇਗਾ ਇਹ ਏਮਸ ਦੇ ਵਿੱਚ ਅੜਿੱਕਾ ਕਿਉਂ ਪਾਇਆ ਜਾ ਰਿਹਾ ਕੌਣ ਪਾ ਰਿਹਾ ਸਵਾਲ ਇਹ ਹੈਗਾ ਮੇਰੇ ਤੋਂ ਵਾਪਸ ਆ ਕੇ ਪੁੱਛਣਾ ਜ਼ਰੂਰ ਹੈ ਬਠਿੰਡਾ ਵਿੱਚ ਏਮਸ ਦਾ ਕੰਮ ਸ਼ੁਰੂ ਕਰਾ ਕੇ ਹਰਸਿਮਰਤ ਕੌਰ ਬਾਦਲ ਨੇ ਕਿਹੜੀ ਸਿਆਸਤ ਨੂੰ ਆਕਸੀਜਨ ਦਿੱਤੀ ਹੈ ਰਿੰਪਲ ਮਿੱਡਾ ਤੁਹਾਡੇ ਤੇ ਬਹੁਤ ਸਾਰੇ ਇਲਜ਼ਾਮ ਹੈਗੇ ਆ ਕਿ ਤੁਸੀਂ ਅੜਿੱਕੇ ਪਾ ਰਹੇ ਹੋ ਰਿੰਪਲ ਮਿੱਡਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਵੱਡਾ ਪ੍ਰੋਜੈਕਟ ਲੱਗਣਾ ਚਾਹੀਦਾ ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਅਕਾਲੀ ਭਾਜਪਾ ਨੇ ਕੁਛ ਕੀਤਾ ਨਹੀਂਗਾ ਹੁਣ ਜੇ ਪ੍ਰੋਜੈਕਟ ਆਇਆ ਤਾਂ ਤੁਸੀਂ ਅੜਿੱਕੇ ਡਾ ਰਹੇ ਹੋ ਇਨਵਾਇਰਮੈਂਟ ਕਲੀਅਰੈਂਸ ਦੇਣ ਦੇ ਵਿੱਚ ਤੁਹਾਨੂੰ ਕਿਉਂ ਵਕਤ ਲੱਗ ਰਿਹਾ ਕਿ ਬਠਿੰਡੇ ਵਿੱਚ ਸ਼ੁਰੂ ਹੋ ਰਿਹਾ ਇਸ ਕਰਕੇ ਵਕਤ ਲੱਗ ਰਿਹਾ ਦੇਖੋ KP ਜੀ ਸਾਨੂੰ ਅਸੀਂ ਇਸ ਦੇ ਵਿੱਚ ਕੋਈ ਅੜਿੱਕਾ ਨਹੀਂ ਡਾ ਰਹੇ ਦੇਖੋ ਇਹ ਬਠਿੰਡਾ ਜਦੋਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮਾਲਵਾ ਦੇ ਵਿੱਚ ਜਿਹੜੀ ਪਿਛਲੇ ਸਮੇਂ ਦੇ ਵਿੱਚ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਜਿਹੜਾ ਮਾਲਵੇ ਨੂੰ ਬਹੁਤ ਬੁਰੀ ਤਰ੍ਹਾਂ ਜਕੜਿਆ ਔਰ ਉਸ ਦੇ ਬਾਵਜੂਦ ਇਹ ਜਿਹੜੀ ਇਹ ਚੋਣ ਹੈ ਉਹ ਏਮਸ ਦੀ ਜਦੋਂ ਇੱਥੇ ਅਨਾਉਂਸਮੈਂਟ ਹੋਈ ਤਾਂ ਰਿੰਪਲ ਮਿੱਡਾ ਸਾਹਿਬ ਦਾ ਕੈਂਸਰ ਨਹੀਂ ਹੈਗਾ ਰਿੰਪਲ ਮਿੱਡਾ ਸਾਹਿਬ ਦੇ ਵਿੱਚ ਸਟੂਡੈਂਟਸ ਨੂੰ ਐਡਮਿਸ਼ਨਸ ਮਿਲਣੀਆਂ ਦਾਖਲਾ ਲੈਣਾ ਉਹਨਾਂ ਨੇ ਬਹੁਤ ਕੁਝ ਹੈਗਾ ਮੈਡੀਕਲੀ ਹੋਰ ਸਿਰਫ ਕੈਂਸਰ ਤੱਕ ਹੀ ਫਿੱਟ ਬਹਿ ਨਹੀਂ ਮਿੰਦੇ ਕੈਂਸਰ ਤੁਹਾਡੀ ਸਮਝ ਨਹੀਂ ਆਉਂਦੀ ਦੇਖੋ ਬਠਿੰਡੇ ਦੀ ਜੋ ਜਿਸ ਕਰਕੇ ਬਠਿੰਡੇ ਦਾ ਸਿਲੈਕਸ਼ਨ ਹੋਇਆ ਇਸ ਸਿਟੀ ਦਾ ਹੁਸ਼ਿਆਰਪੁਰ ਮੋਹਾਲੀ ਔਰ ਬਠਿੰਡਾ ਦੀ ਗੱਲ ਚੱਲ ਰਹੀ ਸੀ ਤਾਂ ਉਸ ਦਾ ਵਜ੍ਹਾ ਇਹੀ ਬਣਾਈ ਗਈ ਸੀ ਚਲੋ ਮੈਂ ਇੰਪਲਾਇਮੈਂਟ ਜਨਰੇਸ਼ਨ ਵੀ ਆ ਰਿੰਪਲ ਮਿੱਡਾ ਸਾਹਿਬ ਪੜ੍ਹਾਈ ਦਾ ਮਸਲਾ ਵੀ ਆ ਸਾਰੇ ਮਸਲੇ ਆ ਇਹ ਇਸ਼ੂ ਨਹੀਂ ਹੈ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸ
ਰਿਹਾ ਸੀਗਾ ਬਠਿੰਡਾ ਨਾਲ ਰਿਲੇਟ ਕਰਕੇ ਇਹ ਇਸ਼ੂ ਨਹੀਂ ਹੈ। ਔਰ ਉਸ ਦੇ ਬਾਅਦ ਦੇਖੋ ਇਸ ਪ੍ਰੋਜੈਕਟ ਵਾਸਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਅੜਿੱਕਾ ਨਹੀਂ ਡਾ ਰਹੇ, ਪਰ ਅਫਸੋਸ ਹੁੰਦਾ ਜਦੋਂ ਵੀ ਕੋਈ ਗੱਲ ਹੋਵੇ ਉਸ ਨੂੰ ਜਦੋਂ ਐਂ ਬਿਲਕੁਲ ਸਿਆਸਤ ਦੇ ਜਿਹੜੇ ਹੈ ਨਜ਼ਰੀਏ ਦੇ ਨਾਲ ਹੀ ਜਿਹੜਾ ਪੇਸ਼ ਕੀਤਾ ਜਾਂਦਾ ਹੈ। 2015 ਦੀ ਅਨਾਊਂਸਮੈਂਟ ਔਰ ਉਸ ਤੋਂ ਬਾਅਦ 2 ਸਾਲ ਦਾ ਵਕਫਾ, ਔਰ 2 ਸਾਲ ਦੇ ਵਿੱਚ ਜਿਹੜੀਆਂ ਇਹ ਆਪਣੀਆਂ ਉਹਨਾਂ ਕਲੀਅਰੈਂਸ ਵੀ ਇਹ ਨਹੀਂ ਕਰਵਾ ਪਾਏ, ਔਰ ਇਹਨਾਂ ਨੇ ਉਹ ਕੰਮ ਜਿਹੜਾ ਪ੍ਰੋਸੈਸ ਕੰਪਲੀਟ ਕਰਨਾ ਸੀ ਉਹ ਨਹੀਂ ਕੀਤਾ। ਔਰ ਹੁਣ ਜਦੋਂ 2019 ਦੀਆਂ ਜਿਹੜੀਆਂ ਚੋਣਾਂ ਉਸ ਦੇ ਮੱਦੇਨਜ਼ਰ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੀ ਰਾਂ ਇੰਨਾ ਰੌਲਾ ਪਾ ਕੇ ਇੰਨਾ ਜਿਸ ਤਰੀਕੇ ਨਾਲ ਇਹ ਜ਼ੋਰ ਜਮਾਈ ਆਪ ਸ਼ੋਅ ਕਰਨਾ ਚਾਹੁੰਦੇ ਨੇ ਕਿ ਇਹ ਦੱਸ ਸਕਣ ਕਿ ਸਰਕਾਰ ਰੋਕ ਰਹੀ ਆ, ਔਰ ਵੇਖੋ ਜੀ ਅਸੀਂ ਬਣਾ ਤਾ ਜਦੋਂ ਕਿ ਅਸੀਂ ਪੂਰਨ ਹੱਕ 'ਚ ਹਾਂ, ਔਰ ਇਹ ਜਿਹੜਾ ਹੋਸਪਿਟਲ ਆ ਹਰ ਹਾਲਤ 'ਚ ਬਣੇਗਾ, ਅਸੀਂ ਇਸ ਦਾ ਸਮਰਥਨ ਕਰਦੇ ਹਾਂ। ਠੀਕ ਹੈ, ਮੈਂ ਜੰਗ ਰਹਾਂਗਾ ਸਾਰਾ ਸ਼ੁਰੂ ਹੋਇਆ ਜੋ ਹੋ ਸਕਿਆ ਅਕਾਲੀ ਬੀਜੇਪੀ ਸਰਕਾਰ ਵੇਲੇ ਆਪਣਾ ਜ਼ਮੀਨ ਵੀ ਐਲੋਕੇਟ ਹੋਈ ਔਰ ਜੋ ਕੰਮ ਇਸ ਤੇ ਹੋ ਸਕਿਆ ਜੋ ਪਹਿਲੀ ਜਿਹੜੀ ਕਾਰਵਾਈ ਸੀਗੀ ਉਹ ਸਾਰੀ ਅਸੀਂ ਕੀਤੀ। 1.5 ਸਾਲ ਕੋਈ ਕਾਰਵਾਈ ਨਹੀਂ ਹੋਈ। ਹੁਣ ਇਹ ਗੱਲ ਕਰ ਰਹੇ ਨੇ, ਅਸਲੀ ਗੱਲ ਕੀ ਹੈ ਮੈਂ ਤੁਹਾਨੂੰ ਦੱਸਦਾ, ਅਸਲੀ ਗੱਲ ਕੀ ਹੈ ਜੋ ਮਿੱਡਾ ਜੀ ਵੀ ਨਹੀਂ ਦੱਸ ਰਹੇ, 2019 ਦੀ ਇਲੈਕਸ਼ਨ ਹੈ ਔਰ ਅਸਲੀ ਉਸ ਤੋਂ ਅਸਲੀ ਕੀ ਗੱਲ ਹੈ ਕਿ ਜਿਹੜਾ ਪਹਿਲਾ ਟੀਚਾ ਹੈ ਏਮਸ ਪ੍ਰੋਜੈਕਟ ਦਾ ਟਾਈਮ ਲਾਈਨ ਜਿਹੜੀ ਯੂਨੀਅਨ ਹੈਲਥ ਮਿਨਿਸਟਰੀ ਨੇ ਟਾਈਮ ਲਾਈਨ ਦਿੱਤੀ ਹੈ ਉਹ ਹੈ ਕਿ ਫੈਬਰੀ 2019 ਨੂੰ ਓਪੀਡੀ ਤੇ ਡਾਇਗਨੋਸਟਿਕ ਸੈਂਟਰ ਖੁੱਲੇਗਾ। ਹੁਣ ਇਹ ਮਨਪ੍ਰੀਤ ਬਾਦਲ ਜੀ ਨੂੰ ਸ਼ਾਇਦ ਇਹ ਚੀਜ਼ ਨਹੀਂ ਪਾਉਂਦੀ, ਉਹ ਨਹੀਂ ਚਾਹੁੰਦੇ ਵੀ ਇਹ ਖੁੱਲੇ, ਇਸ ਕਰਕੇ ਅੜੀਕੇ ਸਾਰੇ ਲੱਗੇ ਗਏ ਕਿ ਲੱਗੇ ਨੇ ਕਿ ਇਹ ਓਪੀਡੀ ਤੇ ਡਾਇਗਨੋਸਟਿਕ ਸੈਂਟਰ ਨਾ ਹੋਏ, ਇਸਟੈਬਲਿਸ਼ ਨਾ ਹੋਏ, ਪਰ ਇਹਦਾ ਨੁਕਸਾਨ ਕਿਹਨੂੰ ਹੈ? ਨੁਕਸਾਨ ਤਾਂ ਲੋਕਾਂ ਨੂੰ ਹੋਇਆ ਨਾ, ਪੰਜਾਬ ਨੂੰ, ਇਹ ਆਪਦੀ ਪੋਲਿਟਿਕਸ ਦੇ ਚੱਕਰ 'ਚ ਲੋਕਾਂ ਦਾ ਨੁਕਸਾਨ ਕਰ ਰਹੇ ਨੇ। ਠੀਕ ਹੈ, ਮੈਂ ਵਾਪਸ ਆਊਂਗਾ। ਡਾਕਟਰ ਪਹਿਲਾ ਗਰਗ ਹੈਲਥ ਐਕਸਪਰਟ ਦੇ ਤੌਰ 'ਤੇ ਸਾਡੇ ਨਾਲ ਇੱਥੇ ਪਹੁੰਚ ਗਏ ਨੇ। ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਇਹ ਸਾਬਕਾ ਰਜਿਸਟਰ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ, ਇਹਨਾਂ ਨੇ ਉਸ ਮਾਲਵਾ ਬੈਲਟ ਨੂੰ ਚੰਗੀ ਤਰ੍ਹਾਂ ਦੇਖਿਆ ਹੈਗਾ। ਗਰਗ ਸਾਹਿਬ ਦਾ ਇੱਕ ਜਿਹੜਾ ਇੱਥੇ ਸ਼ਬਦ ਹੈ ਉਹ ਬਹੁਤ ਅਹਿਮੀਅਤ ਰੱਖੇਗਾ। ਗਰਗ ਸਾਹਿਬ ਮੈਂ ਆ ਰਿਹਾ ਤੁਹਾਡੇ ਕੋਲ। ਜਸਤੇਜ ਸਿੰਘ, ਆਮ ਆਦਮੀ ਪਾਰਟੀ ਇਸ ਸਿਆਸਤ ਨੂੰ ਕਿਸ ਤਰੀਕੇ ਦੇਖਦੀ ਹੈ? ਜਦੋਂ ਪਹਿਲਾ ਫਾਊਂਡੇਸ਼ਨ ਸਟੋਨ ਹੋਇਆ ਉਹ ਸੀਗਾ 2016 ਚ ਨਵੰਬਰ ਚ, ਠੀਕ ਹੈ, ਜਦੋਂ ਇਲੈਕਸ਼ਨਾਂ ਸੀਗੀਆਂ ਪੈਂਡਿੰਗ, ਠੀਕ ਹੈ। ਹੁਣ ਜਦੋਂ ਰੌਲਾ ਪੈਣਾ ਸ਼ੁਰੂ ਹੋ ਗਿਆ ਹੁਣ 2019 ਦੀ ਪੈਂਡਿੰਗ ਹੈ ਇਲੈਕਸ਼ਨ। ਅੱਛਾ, ਮਜ਼ੇ ਵਾਲੀ ਗੱਲ ਹੈ ਕਿ ਸੈਂਟਰ ਦੇ ਇੱਕੋ ਪ੍ਰੋਜੈਕਟ ਦੇ ਉੱਪਰ ਲੜਾਈ ਹੋ ਰਹੀ ਹੈ। ਸਮਾਰਟ ਸਿਟੀ ਉਹ ਕਿੱਥੇ ਗਿਆ? ਠੀਕ ਹੈ, ਸਮਾਰਟ ਸਿਟੀ ਦੇ ਵਿੱਚ ਮੈਂ 2017 ਦਾ ਤੁਹਾਨੂੰ ਵੇਰਵਾ ਦੇ ਦੇਣਾ ਕਿ 200 ਕਰੋੜ ਰੁਪਏ ਸੈਂਟਰ ਨੇ ਸੈਂਕਸ਼ਨ ਕਰਤਾ ਸੀਗਾ, ਅਤੇ ਸਟੇਟ ਨੇ ਆਪਣਾ ਪੰਜਾਬ ਸਟੇਟ ਨੇ ਅਕਾਲੀ ਦਲ ਦੇ ਅੰਡਰ ਸਿਰਫ 32 ਕਰੋੜ ਰੁਪਏ ਰਿਲੀਜ਼ ਕੀਤਾ ਸੀਗਾ। ਐਂਡ ਉਸ ਨੇ ਸ਼ਰਤ ਲਗਾਈ ਸੀਗੀ ਸੈਂਟਰ ਨੇ ਕਿ ਜੇ ਜਿਹੜਾ ਅਸੀਂ ਸੈਂਕਸ਼ਨ ਕੀਤਾ ਜੇ ਉਹ ਪੂਰਾ ਨਹੀਂ ਵਰਤਿਆ ਗਿਆ ਤਾਂ ਅਸੀਂ ਅੰਮ੍ਰਿਤਸਰ ਵਾਸਤੇ ਵੀ ਨਹੀਂ ਕੁਛ ਰਿਲੀਜ਼ ਕਰਾਂਗੇ, ਅਤੇ ਉਹ ਰਿਲੀਜ਼ ਹੋਇਆ ਹੀ ਨਹੀਂ। ਠੀਕ ਹੈ, ਇੱਦਾਂ ਹੀ ਇੱਕ ਹੋਰ ਸੈਂਟਰਲੀ ਸਪੋਂਸਰਡ ਪ੍ਰੋਜੈਕਟ ਸੀਗਾ, ਅੰਮ੍ਰਿਤ ਅਟਲ ਮਿਸ਼ਨ ਵਗੈਰਾ ਕੁਛ ਸੀਗਾ, ਉਹਦੇ 'ਚ ਵੀ ਉਸ ਵੇਲੇ ਅਕਾਲੀ ਭਾਜਪਾ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਆਪਣਾ ਫੰਡ ਜਿਹੜਾ ਸੀਗਾ ਉਹ ਰਿਲੀਜ਼ ਨਹੀਂ ਕੀਤਾ ਆਪਣਾ ਹਿੱਸਾ। ਇੱਦਾਂ ਹੀ ਇੱਕ ਹੋਰ ਸੀਗਾ ਸੈਂਟਰਲੀ ਸਪੋਂਸਰਡ ਪ੍ਰੋਜੈਕਟ, ਉਹ BRTS ਹੁੰਦਾ, ਹਾਂ, ਉਹ ਅੰਮ੍ਰਿਤਸਰ 'ਚ ਬਣਨਾ ਸੀਗਾ, ਅਤੇ ਉਹਦੇ 'ਚ ਵੀ ਸਟੇਟ ਨੇ ਆਪਣਾ ਰਿਲੀਜ਼ ਨਹੀਂ ਕੀਤਾ ਸੀਗਾ ਆਪਣਾ ਸ਼ੇਅਰ। ਅੱਛਾ, ਉਹਨਾਂ ਪ੍ਰੋਜੈਕਟਸ ਬਾਰੇ ਲੜਾਈ ਨਹੀਂ ਹੋ ਰਹੀ, ਗੱਲ ਹੀ ਨਹੀਂ ਹੋ ਰਹੀ, ਕਿਉਂ? ਇਹਦਾ ਮਤਲਬ ਸਿਰਫ ਬਠਿੰਡੇ ਦਾ ਹੀ ਇੱਕ ਪ੍ਰੋਜੈਕਟ ਕਿਉਂ ਇੰਪੋਰਟੈਂਟ ਹੈ? ਕਿਉਂ? ਕਿਉਂਕਿ ਸ਼ਾਇਦ ਬੀਬੀ ਬਾਦਲ ਨੇ ਉੱਥੋਂ ਲੜਨਾ ਹੁਣ, ਇਸ ਕਰਕੇ? ਦੇਖੋ, ਗਲਤ ਫੈਕਟਸ ਦੇਈ ਜਾਂਦੇ ਹੋ। 200 ਕਰੋੜ ਦੀ ਬੱਸਾਂ ਖੜੀਆਂ 1.5 ਸਾਲ ਤੋਂ ਅੰਮ੍ਰਿਤਸਰ 'ਚ, ਸਾਡੇ ਵੇਲੇ ਬੱਸਾਂ ਤੱਕ ਆ ਗਈਆਂ, ਤੁਸੀਂ ਕਹਿ ਰਹੇ ਹੋ BRTS ਪ੍ਰੋਜੈਕਟ 'ਚ ਕੁਝ ਹੋਇਆ ਹੀ ਨਹੀਂ। ਤੁਸੀਂ ਇੱਕ ਮਿੰਟ, ਤੁਸੀਂ ਇੰਨਾ ਕਿਵੇਂ ਟਵਿਸਟ ਕਰ ਸਕਦੇ ਹੋ? ਮੈਂ 2017 ਦੇ ਤੁਹਾਨੂੰ ਤੱਥ ਦੱਸ ਰਿਹਾ, 2017 ਦੇ, 18 ਦੇ ਨਹੀਂ ਦੱਸ ਰਿਹਾ ਮੈਂ। BRTS ਤਾਂ ਅੱਧਾ ਚੱਲ ਰਿਹਾ ਜੀ, ਉਸ ਤੋਂ ਸਾਡੇ ਵੇਲੇ ਤੇ ਚੱਲ ਰਿਹਾ ਸੀ। ਜਿਸਤੇ ਮੋਟੀ ਮੋਟੀ ਗੱਲ ਆ ਰਹੀ ਹੈ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਕੇਂਦਰ ਸਰਕਾਰ ਦੇ ਪ੍ਰੋਜੈਕਟ ਦੇ ਵਿੱਚ ਰਾਜਨੀਤੀ ਹੈ ਨਾ, ਰਾਜਨੀਤੀ ਹਮੇਸ਼ਾ ਚੰਗੀ ਰਾਜਨੀਤੀ। ਕਿਸੇ ਨੂੰ ਮੈਡੀਕਲ ਫੈਸਿਲਿਟੀ ਨਹੀਂ ਦੇਣਾ ਚਾਹ ਰਿਹਾ,
ਗੱਲ ਸਿਰਫ ਇਹ ਹੈ ਇੱਕ ਮਿੰਟ ਇੱਕ ਮਿੰਟ ਇਦਾਂ ਕਿਸੇ ਇਦਾਂ ਕਿਸੇ ਨੂੰ ਸਮਝ ਨਹੀਂ ਆਉਂਦਾ ਜਸਟਿਸ ਇੱਕ ਮਿੰਟ ਬੀਆਰਡੀ ਛੱਡੋ ਨਾ ਬੱਸਾਂ ਤੇ ਰੋਕ ਜਾਂਦੇ ਨੇ ਨਵਜੋਤ ਸਿੰਘ ਨੇ ਬੰਦ ਕੀਤਾ ਦੇਖੋ ਜਸਟਿਸ ਸਿੰਘ ਤੁਸੀਂ ਮੋਟੇ ਤੌਰ ਤੇ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਕੇਂਦਰ ਸਰਕਾਰ ਦੇ ਪ੍ਰੋਜੈਕਟ ਹੁੰਦੇ ਆ ਸਟੇਟ ਗਵਰਨਮੈਂਟ ਉਹਨੂੰ ਅਹਿਮੀਅਤ ਨਹੀਂ ਦਿੰਦੀ ਨਹੀਂ ਬਿਲਕੁਲ ਵੀ ਨਹੀਂ ਕਹਿ ਰਿਹਾ ਮੈਂ ਗੱਲ ਹਾਂ ਫਿਰ ਕੀ ਕਹਿਣਾ ਚਾਹ ਰਹੇ ਹੋ ਮੈਂ ਕਹਿ ਰਿਹਾ ਕਿ ਸਿਰਫ ਇੱਕੋ ਪ੍ਰੋਜੈਕਟ ਨੂੰ ਕਿਉਂ ਅਹਿਮੀਅਤ ਅੱਛਾ ਇੱਕੋ ਪ੍ਰੋਜੈਕਟ ਨੂੰ ਕਿਉਂ ਕਿਉਂ ਕਿਉਂਕਿ ਬਠਿੰਡਾ ਤੋਂ ਬੀਬੀ ਬਾਦਲ ਨੇ ਖੜੇ ਹੋਣਾ ਠੀਕ ਹੈ ਜੇ ਉਹ ਪ੍ਰੋਜੈਕਟ ਅੱਜ ਪੇਸ ਫੜੂਗਾ ਤੇ ਉਹਨਾਂ ਉਹਦਾ ਸਿੱਧਾ ਸਿੱਧਾ ਚਲੋ ਇੱਕ ਮਿੰਟ ਇੱਕ ਮਿੰਟ ਮੈਨੂੰ ਲੱਗਦਾ ਹੈ ਇੱਕ ਮਿੰਟ ਕੱਲਾ ਸਿਆਸਤ ਕਰ ਰਹੇ ਹਾਂ ਆਪਾਂ ਮੈਨੂੰ ਨਹੀਂ ਮੈਨੂੰ ਲੱਗਦਾ ਜਸਤੇ ਜੀ ਨਾ ਇਹਨਾਂ ਨੇ ਉਸ ਟਾਈਮ ਤੇ ਬੜਾ ਟਾਈਮ ਸੀ ਨਾ ਬਸ ਮੈਨੂੰ ਹੁਣ ਵਿਰੋਧੀ ਕਹਿ ਰਹੇ ਨਹੀਂ ਨਹੀਂ ਇਹ ਪਬਲਿਕ ਤੇ ਹੈਲਥ ਬੜੇ ਲਰਨਡ ਬਣ ਤੁਸੀਂ ਬੜੇ ਲਰਨਡ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਬੜੇ ਲਰਨਡ ਹੋ ਜੀ ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਮਾਲਵਾ ਦੇ ਜਿਹੜੇ ਕੈਂਸਰ ਪੇਸ਼ੈਂਟ ਨੇ ਬਸ ਆਗੇ ਨਾ ਕਨੇਰ ਜਾ ਰਹੇ ਨੇ ਇਮੋਸ਼ਨਲ ਕੈਂਸਰ ਇਮੋਸ਼ਨ ਇਹ ਫੈਕਟਸ ਹੈ ਸਾਰੇ ਅਖਬਾਰਾਂ ਨੇ ਲਿਖਿਆ ਇੱਕ ਮਿੰਟ ਇੱਕ ਮਿੰਟ ਕੈਂਸਰ ਟ੍ਰੇਨ ਸੀਗੀ ਉਹ ਹੈਲਥ ਸਾਰੇ ਅਖਬਾਰਾਂ ਨੇ ਡਿਬੇਟ ਦੇ ਵਿੱਚ ਤੁਸੀਂ ਕਹਿੰਦੇ ਹੋ ਪਹਿਲਾਂ ਕਰ ਦੋ ਡਟ ਪਹਿਲਾਂ ਕਰ ਏਮਸ ਦਾ ਕੀ ਫਾਇਦਾ ਹੋਊਗਾ ਕੀ ਨੁਕਸਾਨ ਹੋਊਗਾ ਮੈਂ ਸਵਾਲ ਬਾਅਦ ਚ ਲੈ ਲੂੰਗਾ ਤੁਹਾਡੇ ਤੋਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਇਹ ਸਵਾਲ ਦਾ ਜਵਾਬ ਹੋਇਆ ਤਾਂ ਮੈਨੂੰ ਦੇ ਦਿਓ ਜਿਹੜੀ ਸਿਆਸੀ ਦਾਅਵੇਦਾਰੀਆਂ ਹੋ ਰਹੀਆਂ ਇਹਨਾਂ ਦਾ ਪੋਸਟਮਾਰਟਮ ਏਮਸ ਵਿੱਚ ਹੋ ਸਕਦਾ ਏਮਸ ਵਿੱਚ ਬੰਦਿਆਂ ਦਾ ਪੋਸਟਮਾਰਟਮ ਹੋ ਸਕਦਾ ਸਾਈਕੀ ਦਾ ਨਹੀਂ ਹੁੰਦਾ ਅਜੇ ਕਿਉਂਕਿ ਅਜੇ ਦਿਮਾਗ ਦੀ ਸਾਈਕੀ ਦੇ ਉੱਤੇ ਪੋਸਟਮਾਰਟਮ ਕਰਨਾ ਮੈਡੀਕਲ ਵਰਲਡ ਦੇ ਬੱਸ ਦਾ ਰੋਗ ਨਹੀਂ ਹੈ ਪਰ ਮੈਂ ਇਹਦੇ ਵਿੱਚ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹਾਂਗਾ ਇੱਕ ਇਹ ਹੈ ਕਿ ਜਿੱਥੋਂ ਤੱਕ ਸਵਾਲ ਹੈ ਵੀ ਕੈਂਸਰ ਦੇ ਮਰੀਜ਼ ਅਤੇ ਪ੍ਰੋਜੈਕਟਾਂ ਦਾ ਇਹ ਦੋਨੇ ਧਿਰਾਂ ਨਾਲ ਮੈਨੂੰ ਐਂ ਲੱਗਦਾ ਹੈ ਵੀ ਬਹੁਤ ਸਿਆਸਤ ਜਿਹੜੀ ਹੈ ਉਹ ਵੀ ਸਿਆਸਤ ਕਰਨੀ ਹੁੰਦੀ ਹੈ ਪਰ ਸਿਆਸਤ ਇੱਕ ਉੱਚ ਪਾਏ ਦੀ ਸਿਆਸਤ ਵੀ ਹੋ ਸਕਦੀ ਹੈ ਉਹ ਸਿਆਸਤ ਹੋ ਸਕਦੀ ਹੈ ਨਹੀਂ ਮੈਂ ਇਹ ਕਹਿਣਾ ਉਹ ਸਿਆਸਤ ਇਹ ਹੋ ਸਕਦੀ ਹੈ ਕਿ ਪ੍ਰੋਜੈਕਟ 4 ਸਾਲ 'ਚ ਸ਼ੁਰੂ ਹੋਣਾ ਚਲੋ 3 'ਚ ਹੋ ਜਾਏਗਾ 2019 ਨੂੰ ਧਿਆਨ ਦੇ 2020 ਦਾ ਅਨਾਊਂਸ ਸੀ ਵੀ 2016 ਜਦ ਇਹ 2020 ਤੱਕ ਕੰਪਲੀਟ ਕਰਨਾ ਹਾਂ ਠੀਕ ਹੈ ਤੇ ਜਿੰਨੀਆਂ ਵੀ ਪ੍ਰੋਜੈਕਟ ਏਮਸ ਇੱਥੇ ਨਹੀਂ ਜੋਧਪੁਰ 'ਚ ਖੁੱਲ੍ਹੀ ਹੈ ਇੱਥੇ ਇਹ ਆਪਣੇ ਇਹਦੇ ਵਿੱਚ ਹਿਮਾਚਲ 'ਚ ਖੁੱਲ੍ਹ ਰਹੀ ਹੈ ਅਤੇ ਹਰਿਆਣੇ 'ਚ ਖੁੱਲ੍ਹ ਰਹੀ ਹੈ ਝੱਜਰ ਦੇ ਵਿੱਚ ਇਹ ਸਾਰੀਆਂ ਏਮਸ ਦਾ ਇੱਕ ਪ੍ਰੋਜੈਕਟ ਹੈ ਇਹ ਪ੍ਰਧਾਨ ਮੰਤਰੀ ਸਵਸਥ ਸੁਰੱਖਿਆ ਰਾਸ਼ਟਰੀ PMSSY ਦੇ ਅੰਡਰ ਖੁੱਲ੍ਹਦੇ ਨੇ ਮੈਨੂੰ ਵੱਡਾ ਦੁਖਾਂਤ ਇਹ ਹੈ ਕਿ ਦੋਨੇ ਧਿਰਾਂ ਇਸ ਗੱਲ 'ਤੇ ਲੜਦੀਆਂ ਵੀ ਏਮਸ ਚੱਲਣੀ ਹੈ ਜਾਂ ਨਹੀਂ ਚੱਲਣੀ ਇੱਕ 1166 ਨੂੰ ਹਿਮਾਚਲ ਇੱਕ ਯੂਟੀ ਹੁੰਦਾ ਸੀ ਛੋਟਾ ਜਿਹਾ ਹਿੱਸਾ ਸੀ ਉਹ ਸਟੇਟ ਬਣਿਆ 1166 ਨੂੰ ਹਰਿਆਣਾ ਸਟੇਟ ਬਣਿਆ ਪੰਜਾਬ ਆਲਰੇਡੀ ਟਾਵਰਿੰਗ ਸਟੇਟ ਸੀ ਪੰਜਾਬ ਦੇ ਵਿੱਚ 2 ਕਾਲ ਸੀ 1.5 ਸੀਟ ਦੇ ਅੰਮ੍ਰਿਤਸਰ ਤੇ ਪਟਿਆਲਾ ਠੀਕ ਹੈ ਅੱਜ ਵੀ 2 ਹੀ ਨੇ ਇੱਕ ਆ ਹੁਣ ਏਮਸ ਖੋਲ੍ਹਣ ਦੀ ਤਿਆਰੀ ਹੈ ਨਹੀਂ ਜਿਹੜਾ ਫਰੀਦਕੋਟ ਸੀ ਉਹ ਬਾਬਾ ਫਰੀਦ ਯੂਨੀਵਰਸਿਟੀ ਨੂੰ ਦਿੱਤਾ ਵੀ ਹੁਣ ਉਹਦੇ 'ਚ ਸਾਡੇ ਕੋਲ ਪੈਸਾ ਕੋਈ ਨਹੀਂ ਯੂਨੀਵਰਸਿਟੀ ਚਲਾਵੇ ਨਾ ਚਲਾਵੇ ਉਹ ਮਹਿੰਗਾ ਵੀ ਕਰਤਾ ਠੀਕ ਹੈ ਹੁਣ ਜਿਹੜਾ ਮੈਂ ਗੱਲ ਮੈਡੀਕਲ ਕਾਲਜ ਸੀ ਸਾਡੇ ਕੋਲ ਇੱਕ ਯੂਨੀਵਰਸਿਟੀ ਦਿੱਤਾ ਨਹੀਂ ਨਹੀਂ 3 ਨਹੀਂ ਸੀਗੇ 2 ਸੀਗੇ 78 'ਚ ਤਾਂ ਬਿਹਾਰ 'ਚ ਚੱਲਿਆ ਨਹੀਂ ਸੀ ਇਹ ਗੁਰੂ ਗੋਬਿੰਦ ਸਿੰਘ ਕਾਲਜ ਉੱਥੇ ਸੀਗਾ ਉੱਥੋਂ ਪਹਿਲਾਂ ਲਿਆਂਦਾ ਟਰੱਸਟ ਦਾ ਬਣਾਤਾ ਟਰੱਸਟ ਤੋਂ ਵੀ ਨਾ ਚੱਲਿਆ ਫਿਰ 78 'ਚ ਸਰਕਾਰ ਨੇ ਟੇਕ ਓਵਰ ਕਰਿਆ ਸੀ ਹੁਣ ਉਹ ਯੂਨੀਵਰਸਿਟੀ ਨੂੰ ਦਿੱਤਾ ਠੀਕ ਹੈ ਜਿਹੜੇ ਹਿਮਾਚਲ ਵਰਗੀ ਛੋਟੀ ਜਿਹੀ ਸਟੇਟ ਇਹਨੇ 4 ਮੈਡੀਕਲ ਕਾਲਜ ਹੋਰ ਖੋਲ੍ਹਤੇ ਆਪਣੇ ਖੇਤਰ ਦੇ ਵਿੱਚ ਨਾਹਨ ਦੇ ਵਿੱਚ ਖੋਲ੍ਹਤਾ ਟਾਂਡੇ ਦੇ ਵਿੱਚ ਖੋਲ੍ਹਤਾ ਇਹਨਾਂ ਨੇ ਬਿਲਾਸਪੁਰ ਦੇ ਵਿੱਚ ਖੋਲ੍ਹਤਾ ਮੰਡੀ 'ਚ ਖੋਲ੍ਹਤਾ ਅਤੇ ਤੰਬੀ 'ਚ ਖੋਲ੍ਹਿਆ ਜਾ ਰਿਹਾ ਏਮਸ ਇਹਨਾਂ ਦੀ ਬਣ ਰਹੀ ਆ ਹਮੀਰਪੁਰ 'ਚ ਇਸੇ ਤਰ੍ਹਾਂ ਹਰਿਆਣੇ ਨੇ ਕਰਨਾਲ 'ਚ ਖੋਲ੍ਹਤਾ ਪਾਣੀਪਤ 'ਚ ਖੋਲ੍ਹਤਾ ਅਤੇ ਉਹਦੇ 'ਚ ਆਪਣਾ ਇਹ ਮਵਾਦ 'ਚ ਖੋਲ੍ਹਤਾ ਫਰੀਦਾਬਾਦ 'ਚ ਖੋਲ੍ਹਤਾ ਝੱਜਰ 'ਚ ਏਮਸ ਬਣ ਰਹੀ ਹੈ ਪੰਚਕੂਲੇ 'ਚ ਖੋਲ੍ਹਣ ਦੀ ਪਲੈਨ ਹੈ ਉਹ ਅਜੇ ਵਿੱਚ ਵਿਚਾਰ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਦੋਨਾਂ ਸਟੇਟ ਦੇ ਵਿੱਚ 4-4 ਮੈਡੀਕਲ ਕਾਲਜ 4-4 ਮੈਡੀਕਲ ਕਾਲਜ ਸਰਕਾਰੀ ਖੇਤਰ 'ਚ ਪਲੱਸ ਏਮਸ ਪਲੱਸ ਏਮਸ ਹਾਂ ਇਹਨਾਂ ਨੇ ਇੱਕ ਵੀ ਨਹੀਂ ਸ਼ੁਰੂ ਕਰਿਆ ਜਿਹੜੀ 200-200 ਸੀਟ ਸੀ ਹਿਮਾਚਲ 'ਚ 50 ਸੀਟਾਂ ਸੀ ਆਈ ਜੀ ਮੈਡੀਕਲ ਕਾਲਜ 'ਚ ਅੱਜ ਉੱਥੇ 100 ਸੀਟ ਹੈ ਹਰਿਆਣੇ 'ਚ 100 ਸੀਟ ਸੀ ਜਿੱਥੇ ਇਸ ਏਰੀਆ ਦੇ ਬੱਚੇ ਜਾਂਦੇ ਹੁੰਦੇ ਅਤੇ ਅੱਜ ਉੱਥੇ 200 ਸੀਟਾਂ ਨੇ ਆ ਪਿੱਛੇ ਮੈਨੂੰ ਇੱਕ ਕਾਨਫਰੰਸ ਜਾਣਾ ਪਿਆ ਜੋ ਉਹਨਾਂ ਦਾ ਮਤਲਬ ਇਨਫਰਾਸਟ੍ਰਕਚਰ ਡਿਵੈਲਪ ਕਰਿਆ ਹੋਇਆ ਹਿਮਾਚਲ ਦੇ ਵਿੱਚ ਸਰਕਾਰਾਂ ਉੱਥੇ ਵਿਰੋਧੀ ਵੀ ਰਹੀਆਂ ਨੇ ਦੂਜੀਆਂ ਵੀ ਰਹੀਆਂ ਨੇ 3 ਤਰ੍ਹਾਂ ਦੀਆਂ ਸਰਕਾਰਾਂ ਆ ਚੁੱਕੀਆਂ ਉੱਥੇ ਦਬੜ ਕੇ ਬੀਜੇਪੀ ਦੀ ਵੀ ਆ ਗਈ ਚੌਟਾਲਾ ਜੀਆਂ ਦੀ ਵੀ ਆ ਗਈ ਦੂਜੀ ਕਾਂਗਰਸ ਦੀ ਵੀ ਰਹੀ ਉਹ ਏਮਸ ਟੌਪ ਦੀ ਹੈ ਸੋਰੀ ਜਿਹੜਾ ਉਹਨਾਂ ਆਪਦਾ PGIMS ਹੈ ਠੀਕ ਹੈ ਸੋ ਜੇ ਅਸੀਂ ਇਹ ਦੇਖੀਏ ਪੰਜਾਬ ਨੇ ਮੈਡੀਕਲ ਐਜੂਕੇਸ਼ਨ ਦੇ ਪ੍ਰੋਸੈਸ ਦੇ ਵਿੱਚ ਲੂਜ਼ ਕਰਿਆ ਪੰਜਾਬ ਦੇ ਵਿੱਚ 58 ਲੱਖ ਫੀਸ ਪ੍ਰਾਈਵੇਟ ਮੈਡੀਕਲ ਕਾਲਜ ਦੀ ਕਰੀ ਗਈ ਤਾਂ ਕਿ ਬੱਚੇ ਪੜ੍ਹ ਹੀ ਨਾ ਸਕਣ ਸਰਕਾਰੀ 'ਚ ਜਿੱਥੇ ਨਵੇਂ ਖੁੱਲ੍ਹੇ ਨੇ ਜਿੱਥੇ ਨਵੇਂ ਖਰਚੇ ਹੋਏ ਨੇ ਉੱਥੇ ਤਾਂ ਫੀਸ ਹੈ 2 ਲੱਖ ਸਾਢੇ 4 ਲੱਖ 4,40,000 MBBS ਦੀ ਫੀਸ ਕਰੀ ਗਈ ਹੈ ਸੋ ਜੇ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਜਿੱਥੋਂ ਕਿ ਏਮਸ ਦਾ ਸਵਾਲ ਹੈ ਇਹਦੇ ਜਿਹੜੀਆਂ ਕਲੀਅਰੈਂਸਿਸ ਨੇ ਮੈਂ ਇੱਕ ਹੋਰ ਤੇਜ਼ੀ ਦੀ ਗੱਲ ਦੱਸਾਂਗਾ ਛੋਟੀ ਜਿਹੀ ਹੋਈ ਵੀ ਜਦ ਸਰਕਾਰ ਕਰਨਾ ਚਾਹੁੰਦੀ ਹੁੰਦੀ ਉਦੋਂ ਕਿਵੇਂ ਹੁੰਦਾ ਹੈ 2000 ਉਸ ਦੀ ਗੱਲ ਹੈ ਜਦ ਇਹ 2002 ਵਾਲੀ ਇਹਨਾਂ ਦੀ ਸਰਕਾਰ ਹੋਣੀ ਸੀ 2001 ਦੀ ਗੱਲ ਹੈ ਮੈਨੂੰ ਅਪ੍ਰੈਲ ਦੇ ਵਿੱਚ ਮਾਰਚ ਜਾਂ ਅਪ੍ਰੈਲ 'ਚ ਬਾਦਲ ਸਾਹਿਬ ਨੇ ਕਿਹਾ ਵੀ ਆਪਾਂ ਇੱਕ ਬਾਦਲ ਪਿੰਡ ਦੇ ਵਿੱਚ ਪੈਰਾਮੈਡੀਕਲ ਇੰਸਟੀਟਿਊਟ ਬਣਾਉਣਾ ਚਾਹੁੰਦੇ ਬਣ ਸਕਦੇ ਮੈਂ ਹਾਂਜੀ ਬਣ ਸਕਦੀ ਹੈ ਪ੍ਰੋਜੈਕਟ ਬਣਾ ਕੇ
एग्रीकल्चर की जमीन लैके छे महीने चो प्रोजेक्ट शुरू हो गया से उत्थे दाखले शुरू हो गए थी वो गल वक्री उस बाद इन्हें सरकार चली गई छे महीने के 2001 के जुलाई चे दाखले हुए विल पावर एक एम्स बना के सियासत किन्ने साल जिंदा रहेगी सवाल यह बहुत महत्वपूर्ण हैगा ब्रेक तो वापस आवेंगे पंजाब सेहत सेवा में खड़ा कितने हैगा इस समझने की जरूरत है कि है क्योंकि इसमें असं समझ नहीं रहे असं सिर्फ बठिंडा ध्यान च रख रहे हैं एम्स ध्यान च रख रहे हैं पंजाब की सेहत खराब हो रही है उसकी गल कोई नहीं कर रहा तुसी असी बीमार क्यों हो रहे हैं ब्रेक तो वापस आ रहे हैं बठिंडा च एम्स का काम शुरू करा के हरसिमरत कौर बादल ने केड़ी सियासत नूं ऑक्सीजन दित्ती है रिंपल मिड्डा बहुत अहम सवाल है कि है पंजाब की सेहत नाल जुड़े हुए असी सिर्फ बठिंडे ते फोकस किया है सारी लड़ाई बठिंडे च बस देखो पंजाब की सेहत की लड़ाई लड़ो चंगी लड़ाई लड़ो मैं पहला भी ये गल कही है कि ये जिहड़ी है ये जिहड़ी सियासत जिहड़ी है इस दे उत्ते खेडण दी जिहड़ी ट्राई की जा रही है बठिंडा सीट नूं जित्तण दी खातर की जा रही है साडा इस दे विच कोई अड़िक्का नहीं है असी इस दे विच कोई विघन नहीं पा रहे बिल्कुल पूरी तरह जिहड़ी है जिहड़ी स्टेट दी है सपोर्ट है हर तरीके नाल चाहे रिंपल मिड्डा ओह तुहानूं झूठे कह रहे तुसीं इहनूं झूठे कह रहे बस बिल्कुल जिहड़ी असी इस दे विच किसे तरह दा कोई भी अड़िक्का नहीं डा रहे इस तरह दा कोई भी प्रूफ नहीं है सुनो असी कागज दिखा के झूठे कह रहे देखो जी सानू क्लीयरेंस नहीं मिली पर असीं तां जी इक ला के रहांगे शुरुआत करके रहांगे ये जिहड़े बोल रहे पोलिटिकल जिहड़ी जिहड़ा बॉडी लैंग्वेज है वह भी दसदा कितने तो नहीं सीगा भी कट्ठे हो के सेंटर का प्रोजेक्ट है कट्ठे होना पूगा सरकार के नुमाइंदे इधरों भी आएंगे उधरों भी आएंगे कितने तो नहीं सी भी बादल परिवार तो इधरों खजाना मंत्री का परिवार वो कट्ठे एक मंच से ना दिखन कितने स्टोरी तो नहीं है कि पिछे नहीं नहीं देखो मैं पहला भी किया दूजी हरी भी किया तीजी हरी फिर दरा दिना कोई भी किसी तरीके की जिहड़े उस प्रोजेक्ट के विघन की साडा स्टेट का कोई भी स्टेट सवाल है उनका जवाब दियो मैनू ये बादल परिवार का सारा रौला तो नहीं है ਕਿਉਂਕਿ ਜਿਹੜਾ ਪਹਿਲਾਂ ਹੀ ਵੰਡਿਆ ਹੋਇਆ ਤੁਸੀਂ ਗੱਲਾਂ ਕੀ ਕਰ ਰਹੇ ਹੋ ਇਹ ਹੁਣ ਮਿੱਡਾ ਜੀ ਨੇ ਦੇਖੋ ਕਿਉਂਕਿ ਤੁਸੀਂ ਇਲਜ਼ਾਮ ਮਨਪ੍ਰੀਤ ਬਾਦਲ ਤੇ ਲਾ ਰਹੇ ਹੋ ਜਾਂਗੀਰ ਸਿੰਘ ਨਹੀਂ ਇਹ ਵੀ ਤੁਹਾਨੂੰ ਫਿਰ ਥੋੜੀ ਕਲੈਰਿਟੀ ਦੇ ਦਈਏ ਹਰਸਿਮਰਤ ਜੀ ਨੇ ਕਾਂਗਰਸ ਗਵਰਨਮੈਂਟ ਤੇ ਪੂਰਾ ਇਲਜ਼ਾਮ ਲਾਇਆ ਮੈਂ ਦੁਬਾਰਾ ਸੁਣਾ ਦਵਾਂ ਜੀ ਮੈਂ ਸੁਣਾ ਦਿੰਦਾ ਜੀ ਮੈਨੂੰ ਪਤਾ ਜੀ ਮੇਰੇ ਤੇ ਵਿਸ਼ਵਾਸ ਕਰੋ ਮੇਰੇ ਤੇ ਵੀ ਵਿਸ਼ਵਾਸ ਕਰੋ ਉਹ ਤੇ ਚੈਲੰਜ ਮਨਪ੍ਰੀਤ ਬਾਦਲ ਨੂੰ ਕੀਤਾ ਕਿਉਂਕਿ ਮਨਪ੍ਰੀਤ ਬਾਦਲ ਨੇ ਤੁਹਾਡੇ ਕੈਮਰਿਆਂ ਅੱਗੇ ਝੂਠ ਬੋਲਿਆ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਚਿੱਠੀ ਲਿਖੀ ਸੀ ਉਹ ਵੀ ਪਲੀਜ਼ ਨੋਟ ਕਰ ਲਓ ਫੈਕਟ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਦਸੰਬਰ 'ਚ ਚਿੱਠੀ ਲਿਖੀ ਸੀ ਔਰ ਮੈਂ ਦੱਸਿਆ ਸੀ ਇਹ ਕਲੀਅਰੈਂਸ ਚਾਹੀਦੇ ਨੇ ਔਰ ਉਹਨਾਂ ਨੇ ਕਿਹਾ ਚੀਫ ਮਿਨਿਸਟਰ ਸਾਹਿਬ ਨੇ ਫਰਵਰੀ ਨੂੰ ਦਸੰਬਰ 2017 ਨੂੰ ਇਹਨਾਂ ਚਿੱਠੀ ਲਿਖੀ ਚੀਫ ਮਿਨਿਸਟਰ ਸਾਹਿਬ ਨੇ ਇਹਨਾਂ ਨੂੰ ਫਰਵਰੀ 2018 ਨੂੰ ਜਵਾਬ ਦਿੱਤਾ ਤੇ ਚੀਫ ਮਿਨਿਸਟਰ ਸਾਹਿਬ ਨੇ ਲਿਖਿਆ ਆਪਦੇ ਸਿਗਨੇਚਰ ਦੇ ਥੱਲੇ ਕਿ ਸਾਰੀ ਕਲੀਅਰੈਂਸਸ ਦੇ ਦਿੱਤੀਆਂ ਗਈਆਂ ਤੇ ਹਰਸਿਮਰਤ ਜੀ ਨੇ ਉਹੀ ਅੱਜ ਚਿੱਠੀ ਦਿਖਾ ਕੇ ਕਿ ਖਾਲਾ ਜਾ ਕੇ ਦੇਖ ਲਓ ਖਾਲਾ ਉੱਥੇ ਹੀ ਹੈ ਇੱਕ ਖਾਲਾ ਨੀ ਬਾਹਰ ਕੱਢਿਆ ਜਾ ਰਿਹਾ ਬਿਜਲੀ ਗ੍ਰਿਡ ਬਿਜਲੀ ਉੱਥੇ ਹੀ ਸਾਰੀ ਤਾਰਾਂ ਹੈਗੀਆਂ ਉਹ ਨੀ ਕੱਢੀਆਂ ਜਾ ਰਹੀਆਂ ਇਹ ਦੇਖੋ ਇਹ ਤਾਂ ਤੁਹਾਡੇ ਸਾਹਮਣੇ ਹੈ ਨਾ ਇੱਕ ਪਾਸੇ ਕੋਈ ਝੂਠ ਬੋਲੇ ਕਿ ਸਾਰੀ ਕਲੀਅਰੈਂਸਸ ਦੇ ਦਿੱਤੀਆਂ ਦੂਜੇ ਮੌਕੇ ਤੇ ਗਰਾਊਂਡ ਸਿਚੁਏਸ਼ਨ ਬਿਲਕੁਲ ਡਿਫਰੈਂਟ ਹੋਏ ਇਹ ਤੇ ਮਤਲਬ ਕਲੀਅਰ ਹੈ ਨਾ ਇਹਦੇ ਚ ਮਤਲਬ ਕੋਈ ਉਹ ਤੇ ਹੈ ਹੀ ਨਹੀਂ ਵੀ ਸੱਚਾ ਕੌਣ ਹੈ ਝੂਠਾ ਕੌਣ ਹੈ ਜਸੇ ਸਿੰਘ ਕਾਂਗਰਸ ਦੇ ਅਕਾਲੀ ਦਲ ਇੱਕ ਦੂਜੇ ਦੇ ਇਲਜ਼ਾਮ ਲਗਾ ਰਹੇ ਆਮ ਆਦਮੀ ਪਾਰਟੀ ਇਲਜ਼ਾਮ ਲਾਏਗੀ ਕਿ ਸੱਚ ਦੱਸੇਗੀ ਕਿ ਤੁਸੀਂ ਵੀ ਸੱਚ ਨਹੀਂ ਸੱਚ ਤੁਹਾਨੂੰ ਵੀ ਨਹੀਂ ਪਤਾ ਨਹੀਂ ਦੇਖੋ ਜਿੱਥੇ ਤੱਕ ਕਲੀਅਰੈਂਸਸ ਦੀ ਗੱਲ ਕਰ ਰਹੇ ਆ ਉਹ ਟੋਟਲੀ ਇਸ ਵੇਲੇ ਜਿਹੜੀ ਡੋਮੇਨ ਆ ਕਾਂਗਰਸ ਦੀ ਹੈ ਜੇ ਕਲੀਅਰੈਂਸਸ ਰੁਕ ਰਹੀਆਂ ਠੀਕ ਹੈ ਤੇ ਫਿਰ ਉਹ ਕਾਂਗਰਸ ਦੀ ਜ਼ਿੰਮੇਵਾਰੀ ਹੈ ਵੀ ਕਿਉਂ ਰੁਕ ਰਹੀਆਂ ਹੁਣ ਇੱਕ ਪਾਸੇ ਮਨਪ੍ਰੀਤ ਬਾਦਲ ਕਹਿੰਦੇ ਵੀ ਇਟ ਇਜ਼ ਅ ਸੈਂਟਰਲੀ ਸਪੌਂਸਰਡ ਪ੍ਰੋਜੈਕਟ ਠੀਕ ਹੈ ਟੋਟਲੀ ਹੁਣ ਇੱਕ ਜਿਹੜੀ CLU ਦੀ ਜਿਹੜੀ ਇਜਾਜ਼ਤ ਹੈ ਉਹ ਦੇਣੀ ਹੈ ਲੋਕਲ MC ਆਫਿਸ ਨੇ ਠੀਕ ਹੈ ਹੁਣ ਉਹ MC ਆਫਿਸ ਦੇ ਵਿੱਚ ਕਿੱਥੋਂ ਕੋਈ ਰੋਕ ਰਿਹਾ ਕਿ ਨਹੀਂ ਰੋਕ ਰਿਹਾ ਕੋਈ ਸੈਂਕਸ਼ਨ ਕਿੱਥੇ ਰੁਕ ਰਹੀ ਹੈ ਉਹ ਤਾਂ ਹੁਣ ਇਹ ਦੋਨੋਂ ਆਪਸ 'ਚ ਜ਼ਿਆਦਾ ਪ੍ਰੋਪਰਲੀ ਤੁਹਾਨੂੰ ਦੱਸ ਸਕਦੇ ਆ ਬਟ ਮੈਂ ਜਿਵੇਂ ਪਹਿਲਾਂ ਮੈਂ ਜਿਹੜੀ ਗੱਲ 'ਤੇ ਸਟ੍ਰੈਸ ਕਰ ਰਿਹਾ ਸੀ ਮੈਂ ਹੁਣ ਵੀ ਉਸੇ ਗੱਲ 'ਤੇ ਸਟ੍ਰੈਸ ਕਰ ਰਿਹਾ ਕਿ ਸੈਂਟਰ ਦੇ ਤਾਂ ਹੋਰ ਵੀ ਪ੍ਰੋਜੈਕਟਸ ਰੁਕੇ ਪਏ ਆ ਪਰ ਸਿਰਫ ਐਸੇ ਪ੍ਰੋਜੈਕਟ ਦੇ ਪਿੱਛੇ ਕਿਉਂ ਪਏ ਹੋਏ ਆ ਹੁਣ ਮੈਂ ਜਿਹੜੀ ਗੱਲ ਕਹਿੰਦਾ ਉੱਥੇ ਉਹੀ ਹੈ ਨਾ ਕਿ ਇੱਕ ਰਾਈਟ ਵਿੰਗ ਪੋਲੀਟਿਕਸ ਕਿਵੇਂ ਕੰਮ ਕਰਦੀ ਹੈ ਲੋਕਾਂ ਦੀ ਉਹਨੂੰ ਗੈਰਤ ਨੂੰ ਲਲਕਾਰ ਕੇ ਤਰਸ ਦੇ ਆਧਾਰ ਤੇ ਸੂਬੇ ਦੇ ਧਰਮ ਦੇ ਹੁਣ ਇੱਥੇ ਮੈਨੂੰ ਵੀ ਦੋਸ਼ੀ ਕਰਾਰ ਦੇ ਦਿੱਤਾ 2 ਮਿੰਟਾਂ ਦੇ ਵਿੱਚ ਕਿ ਮਾਲਵੇ ਦੇ ਲੋਕਾਂ ਦਾ ਤੁਹਾਨੂੰ ਪਤਾ ਨਹੀਂ ਕੀ ਹਾਲ ਹੋ ਰਿਹਾ ਜੇ ਮਾਲਵੇ ਦੇ ਲੋਕਾਂ ਦਾ ਹਾਲ ਹੋ ਰਿਹਾ ਸਰ ਮਾਲਵੇ ਦੇ ਲੋਕ 10 ਸਾਲ ਤੋਂ ਤੁਹਾਡੇ ਅੰਡਰ ਹੀ ਸੀਗੇ ਇਸ ਹਾਲ ਦੇ ਵਿੱਚ ਤੁਸੀਂ 10 ਸਾਲ ਦੇ ਪਹਿਲਾਂ ਅੰਕੜੇ ਚੱਕ ਲਓ 10 ਸਾਲ ਦੇ ਬਾਅਦ ਦੇ ਅੰਕੜੇ ਚੱਕ ਲਓ
ਤੁਹਾਨੂੰ ਪਤਾ ਲੱਗ ਜਾਏਗਾ ਕਿਸਾਨੀ ਕਿੱਥੇ ਪਹੁੰਚ ਗਈ, ਤੁਹਾਨੂੰ ਪਤਾ ਲੱਗ ਜਾਏਗਾ ਕਿ ਪੇਸ਼ੈਂਟਸ ਕਿੱਥੇ ਪਹੁੰਚ ਗਏ, ਠੀਕ ਹੈ, ਪਾਣੀ ਪਾਣੀ ਤੁਸੀਂ ਜਿਹੜੀ ਗੱਲ ਕੀਤੀ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਆਹ ਮਿਲ ਗਿਆ, ਹਰਿਆਣੇ ਵਿੱਚ ਆਹ ਮਿਲ ਗਿਆ, ਪੰਜਾਬ ਕਿੱਥੇ ਖੜਾ ਹੈਗਾ? ਮੇਰਾ ਸਵਾਲ ਨਾਲ ਹੈਗਾ ਹਿਮਾਚਲ ਪ੍ਰਦੇਸ਼ ਵਿੱਚ ਜੇ ਮੈਂ ਸਿਆਸਤ ਐਂਗਲ ਨਾਲ ਦੇਖਾਂ, 4 ਲੋਕ ਸਭਾ ਦੀਆਂ ਸੀਟਾਂ, ਹਰਿਆਣਾ ਦੇ ਵਿੱਚ 10 ਲੋਕ ਸਭਾ ਸੀਟਾਂ, ਸਾਡੇ ਕੋਲ 13 ਹੈਗੀਆਂ, ਸਾਡੇ ਨਾਲ ਵਿਤਕਰਾ ਹੋਇਆ ਦਾ ਮਤਲਬ ਇੱਕ। ਦੂਜਾ ਸਵਾਲ ਇਹ ਹੈਗਾ ਕਿ ਸਾਡੀਆਂ ਸਰਕਾਰਾਂ ਨੇ ਜ਼ੋਰ ਨਹੀਂ ਲਾਇਆ ਸਿਹਤ ਸੇਵਾਵਾਂ ਇੱਥੇ ਦਰੁਸਤ ਕਰਨ ਦੇ ਲਈ। ਤੀਜਾ ਸਵਾਲ ਮੇਰਾ ਇਹ ਹੈਗਾ ਕਿ ਪੰਜਾਬ ਸਿਹਤ ਦੇ ਮਾਮਲੇ 'ਚ ਕਿੱਥੇ ਖੜਾ ਹੈਗਾ, ਪੰਜਾਬ ਦੇ ਲੋਕਾਂ ਨੂੰ ਦੱਸੇਗਾ ਕੌਣ ਕਿ ਤੁਸੀਂ ਠੀਕ ਕਿਵੇਂ ਹੋ ਜਾਓਗੇ? ਅਸੀਂ ਏਮਸ ਨੂੰ ਵੀ ਸਿਰਫ ਇੱਕ ਕੈਂਸਰ ਦਾ ਕੇਂਦਰ ਹੀ ਬਣਾ ਕੇ ਰੱਖ ਦਿੱਤਾ। ਦੇਖੋ ਮੈਂ 2-3 ਗੱਲਾਂ ਕਹਾਂਗਾ। ਇੱਕ ਤਾਂ ਇਹ ਹੈ ਵੀ ਜਿਹੜੇ ਮੈਡੀਕਲ ਕਾਲਜ ਉੱਥੇ ਜਿਹੜੀਆਂ ਏਮਸ ਨੇ ਉੱਥੇ ਇੱਕ ਇੱਕ ਏਮਸ 3 ਸਟੇਟਾਂ ਨੂੰ ਮਿਲੀ ਹੈ, 3 'ਚ ਹੀ ਚੱਲਣੀ ਆ ਉਹ ਸੈਂਟਰ ਜਿਹੜੀ ਵੀ ਸਰਕਾਰ ਆ ਜਾਏਗੀ ਚਲਾਏਗੀ ਹੋਈ ਪਹਿਲਾਂ ਮਨਮੋਹਨ ਸਿੰਘ ਤੋਂ, ਕਿਉਂਕਿ ਇੱਕ ਸਰਟਨ ਲੈਵਲ ਦੀਆਂ ਪਾਲਿਸੀਜ਼ ਨੇ, ਇਹ ਕੋਈ ਇੱਕ ਸਰਕਾਰ ਦਾ ਇਹਦੇ 'ਚ ਬਹੁਤਾ ਵੱਡਾ ਰੋਲ ਨਹੀਂ ਹੈ। ਪਰ ਜਿਹੜੀਆਂ ਬਾਕੀ ਕਾਲਜ ਖੋਲ੍ਹੇ ਨੇ ਸਟੇਟ ਉਹਦੇ ਵਿੱਚ, ਉਹ ਪੰਜਾਬ ਸਟੇਟ ਦਾ ਪਿਛਲੇ 15-20 ਸਾਲ ਤੋਂ ਇੱਕ ਐਸਾ ਹੋ ਗਿਆ ਵੀ ਮੈਡੀਕਲ ਟੀਚਰਾਂ ਨੂੰ ਬੁਰੀ ਤਰ੍ਹਾਂ ਇਸ ਤਰ੍ਹਾਂ ਡੀਲ ਕਰਨਾ, ਬਿਨਾਂ ਮਤ ਦੇ ਵੇਸਟੇਜ ਕਰੀ ਜਾਣੀ ਹੈ। ਉਹਨਾਂ ਨੇ ਆਪਦੇ ਸਰਕਾਰੀ ਖੇਤਰ ਖੋਲ੍ਹਣੇ ਨੇ, ਸਟੇਟ ਦਾ ਖਰਚਾ ਹੋਇਆ ਉਹਦੇ 'ਚ, ਸੈਂਟਰ ਤੋਂ ਨਹੀਂ ਪੈਸਾ ਆਇਆ। ਜਿਹੜੇ 4 ਮੈਡੀਕਲ ਜੇ ਟਾਂਡਾ ਖੋਲ੍ਹਿਆ, ਜੇ ਨਾਹਨ 'ਚ ਖੋਲ੍ਹਿਆ, ਜੇ ਉਹਨਾਂ ਨੇ ਮੰਡੀ 'ਚ ਖੋਲ੍ਹਿਆ, ਮੰਡੀ 'ਚ ESI ਖੋਲ੍ਹ ਰਹੀ ਸੀ, ESI ਤੋਂ ਚੱਲਿਆ ਨਹੀਂ, ESI ਨੇ ਸਟੇਟ ਨੂੰ ਦਿੱਤਾ ਹੈ, ਸਟੇਟ ਨੇ ਲੈ ਲਿਆ ਵੀ ਠੀਕ ਆ ਅਸੀਂ ਚਲਾਉਂਦੇ ਹਾਂ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਉਹ ਸਟੇਟਾਂ ਨੇ ਆਪਦੇ ਪੈਸੇ ਖਰਚ ਕਰੇ ਨੇ, ਸਟੇਟਾਂ ਨੇ ਖੋਲ੍ਹੇ ਨੇ, ਜਿਹੜੇ ਪੰਜਾਬ ਦੀ ਸਟੇਟ ਆ ਇਹ ਮੈਡੀਕਲ ਐਜੂਕੇਸ਼ਨ ਵਾਸਤੇ ਸੀਰੀਅਸ ਨਹੀਂ ਰਹੀ। ਦੂਜਾ ਕੈਂਸਰ ਦੀ ਜਿੱਥੋਂ ਸਵਾਲ ਹੈ, ਕੈਂਸਰ ਦਾ ਕੀ ਕਰਿਆ? ਕੈਂਸਰ ਦਾ ਐਡਾ ਵੱਡਾ ਰੌਲਾ ਪਾਇਆ ਗਿਆ, ਕੈਂਸਰ ਟ੍ਰੇਨ ਬਠਿੰਡੇ ਦੇ ਵਿੱਚ ਸਰਕਾਰੀ ਹਸਪਤਾਲ 'ਚ ਕੈਂਸਰ ਦਾ ਇਲਾਜ ਚੱਲ ਰਿਹਾ, ਇੱਕ ਇੰਸਟੀਟਿਊਸ਼ਨ ਖੋਲ੍ਹੀ ਗਈ ਬਾਬਾ ਫਰੀਦ ਯੂਨੀਵਰਸਿਟੀ ਅੰਡਰ, ਇੱਕ ਹੋਰ ਖੋਲ੍ਹਿਆ ਗਿਆ ਟਾਟਾ ਦਾ, 2 ਹਸਪਤਾਲ ਕੈਂਸਰ ਦੇ ਬਠਿੰਡੇ, 3 ਮੈਕਸ ਵਾਲਿਆਂ ਨੇ ਖੋਲ੍ਹਤਾ, ਉਹਨੂੰ ਬਠਿੰਡੇ ਸਿਵਲ ਹਸਪਤਾਲ ਦੀ ਜਗ੍ਹਾ ਦਿੱਤੀ ਜਿਹੜੀ ਬੜੀ ਵੱਡੀ ਜਗ੍ਹਾ ਸੀ, ਬੜੀ ਖੁੱਲ੍ਹੀ ਜਗ੍ਹਾ ਸੀ। 3 ਹਸਪਤਾਲ ਇਕੱਲੇ, ਸੁਣੋ ਮੇਰੀ ਬੇਨਤੀ, 3 ਹਸਪਤਾਲ ਇਕੱਲੇ ਕੈਂਸਰ ਦਾ ਕੰਮ ਕਰ ਰਹੇ ਨੇ ਉੱਥੇ ਬਠਿੰਡੇ ਸ਼ਹਿਰ 'ਚ। ਦੂਜੀ ਗੱਲ ਜਿੱਥੇ ਤੱਕ ਸਵਾਲ ਹੈ ਟ੍ਰੇਨ 'ਚ ਜਾਣ ਦਾ, ਜਾ ਕੇ ਹੁਣ ਕੈਲਕੂਲੇਟ ਕਰਕੇ ਦੇਖੋ, ਫਰੀਦਕੋਟ ਮੈਂ ਰਜਿਸਟਰ ਸੀ, ਅਸੀਂ ਉੱਥੇ ਕੈਂਸਰ ਦੀ ਮਸ਼ੀਨ ਲਵਾ ਕੇ ਆਏ, 4 ਕਰੋੜ ਰੁਪਇਆ ਸੈਂਟਰ ਤੋਂ ਮਨਜ਼ੂਰ ਕਰਵਾ ਕੇ, ਉੱਥੇ ਸਾਰਾ ਮਰੀਜ਼ ਹੁਣ ਜਾ ਰਿਹਾ, ਪਹਿਲਾਂ ਹੈ ਨਹੀਂ ਸੀ ਉਸ ਏਰੀਏ 'ਚ, ਇਲਾਜ ਹੀ ਨਹੀਂ ਸੀ। ਇੱਥੋਂ ਤੱਕ ਕਿਵੇਂ ਕਰਦੀ ਆ ਬਿਊਰੋਕਰੇਸੀ, ਜਿਹੜੀਆਂ ਦੋਨੇ ਪੋਲੀਟੀਕਲ ਪਾਰਟੀਆਂ ਨੂੰ ਸਮਝ ਆਉਂਦੀ ਆ। ਬਾਦਲ ਸਾਹਿਬ ਨਾਲ ਸਾਡੀ ਮੀਟਿੰਗ, ਉੱਥੇ ਇੱਕ ਸੈਕਟਰੀ ਸਾਨੂੰ ਕਹਿਣ ਲੱਗੀ, ਅਸੀਂ ਤਾਂ ਤੁਹਾਨੂੰ ਦੇ ਤਾ ਹਸਪਤਾਲ ਚਲਾਓ ਨਾ ਚਲਾਓ। ਮੈਂ ਕਿਹਾ ਬੀਬੀ ਜੀ ਤੁਸੀਂ ਤਾਂ ਲੋਕਾਂ ਨੂੰ ਜਵਾਬ ਦੇਣਾ ਨਹੀਂ, ਇੰਝ ਕਰਿਓ ਹੁਣ ਬਾਦਲ ਸਾਹਿਬ ਦੇ ਸਾਹਮਣੇ ਕਹਿ ਦਿਓ, ਉਹ ਲੋਕਾਂ ਨੂੰ ਕਹਿ ਦੇਣ ਅਸੀਂ ਮਾਲ ਵਿੱਚ 500 ਬੈੱਡ ਦਾ ਹਸਪਤਾਲ ਵੀ ਨਹੀਂ ਦੇਣਾ ਮੈਡੀਕਲ ਕਾਲਜ ਦਾ। ਸੋ ਕਹਿਣ ਦਾ ਮਤਲਬ ਇਹ ਹੈ, ਫਿਰ ਖੈਰ ਉਹਨਾਂ ਨੇ ਬਾਦਲ ਸਾਹਿਬ ਨੇ ਕਿਹਾ ਵੀ ਜੋ ਯੂਨੀਵਰਸਿਟੀ ਮੰਗਦੇ ਦਿਓ। ਮੇਰਾ ਸਵਾਲ ਇਹ ਸੀਗਾ ਏਮਸ ਨੂੰ ਕੈਂਸਰ ਤੱਕ ਕਿਉਂ ਕੀਤਾ ਜਾ ਰਿਹਾ? ਮੈਂ ਇਹੀ ਜਿਸ ਗੱਲ 'ਤੇ ਆ ਰਿਹਾ, ਮਾਲਵੇ ਦੇ ਏਰੀਏ ਦੇ ਵਿੱਚ, ਪੰਜਾਬ ਦੇ ਵਿੱਚ ਆ ਪਿਛਲੀ 11 ਅਗਸਤ ਤੱਕ 50,740 ਕੇਸ ਕਾਲੇ ਪੀਲੀਏ ਦੇ ਆ ਚੁੱਕੇ, ਜਿਨ੍ਹਾਂ 'ਚੋਂ 35,000 ਇਕੱਲੇ ਮਾਲਵੇ 'ਚੋਂ ਆ, ਉਹਦਾ ਇਲਾਜ ਵੀ ਤਾਂ ਕਿਤੇ ਹੋਣਾ ਹੀ ਹੈ ਨਾ। ਸੋ ਇਸੇ ਤਰ੍ਹਾਂ ਹੀ ਮਾਲਵੇ ਦੇ ਵਿੱਚ ਅਪੰਗਤਾ ਦੇਖ ਲਓ ਕਿੰਨਾ, ਹਰ ਘਰ ਦੇ ਵਿੱਚ ਤੁਹਾਨੂੰ ਅਪੰਗ ਬੱਚਾ ਮਿਲੇਗਾ। ਸੋ ਮਾਲਵੇ ਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਉਹ ਬਹੁਤ ਜ਼ਿਆਦਾ ਨੇ, ਉਹ ਏਮਸ ਨੇ ਸਾਰੀਆਂ ਬਿਮਾਰੀਆਂ ਟ੍ਰੀਟ ਕਰਨੀਆਂ, ਕੈਂਸਰ ਨੂੰ ਟੀਕਾ ਵਰਗਾ, ਕੈਂਸਰ ਦਾ ਤਾਂ ਬਥੇਰਾ ਪ੍ਰਬੰਧ ਹੋ ਗਿਆ। ਪੰਜਾਬ ਦੇ ਵਿੱਚ ਹੁਸ਼ਿਆਰਪੁਰ 'ਚ ਵੀ ਕੈਂਸਰ ਦਾ ਹਸਪਤਾਲ ਖੋਲ੍ਹ ਦਿਉ, ਮੁੱਲਾਂਪੁਰ 'ਚ ਖੋਲ੍ਹ ਦਿਉ, ਸੰਗਰੂਰ 'ਚ ਖੋਲ੍ਹ ਦਿਉ, ਫਾਜ਼ਿਲਕਾ 'ਚ ਖੋਲ੍ਹ ਦਿਉ, ਕੈਂਸਰ ਦੇ ਉੱਤੇ ਕੈਂਸਰ ਨੂੰ ਇੱਕ ਪੋਲੀਟੀਕਲ ਇਸ਼ੂ ਬਣਾ ਦਿੱਤਾ ਗਿਆ, ਕੈਂਸਰ ਦੇ ਉਨੇ ਮਰੀਜ਼ ਨਹੀਂ ਹੈਗੇ। ਮੁੱਖ ਮੰਤਰੀ ਰਾਹਤ ਕੋਸ਼ ਸ਼ੁਰੂ ਕਰਿਆ ਗਿਆ 2011 'ਚ ਸਰਕਾਰ ਵੱਲੋਂ, ਉਹਦੇ ਵਿੱਚ ਅੱਜ ਤੱਕ 48,000 ਮਰੀਜ਼ ਆਏ ਨੇ ਟੋਟਲ। ਹਰੇਕ ਮਰੀਜ਼ ਨੂੰ 1.5 ਲੱਖ ਰੁਪਏ ਤੱਕ ਦਾ ਗ੍ਰਾਂਟ ਮਿਲ ਸਕਦੀ ਹੈ, ਕਾਫੀ ਸੌਖੀ ਮਿਲ ਜਾਂਦੀ ਹੈ, ਕਿਉਂਕਿ ਪਿੱਛੇ ਜਦ ਪਿਛਲੀ ਸਰਕਾਰ ਸੀ ਉਹਦੇ ਸਿੱਖਿਆ ਜੀ ਐਵੇਂ ਇੰਨੇ, ਬਾਦਲ ਸਾਹਿਬ ਨੇ ਕਿਹਾ ਵੀ ਤੁਸੀਂ ਭਾਵੇਂ 2 ਦਿਨਾਂ 'ਚ ਦੇ ਦਿਓ ਗ੍ਰਾਂਟ, ਮੈਨੂੰ ਤਾਂ ਸਾਈਨ ਮੇਰੀ ਤਾਂ, ਮੇਰੇ ਕੋਲ ਫਾਈਲ ਵੀ ਨਾ ਭੇਜੋ ਚਾਹੇ। ਸੋ ਜਦ ਤੁਸੀਂ ਪੋਲੀਟੀਕਲੀ ਫੈਸਲਾ ਕਰਦੇ ਹੋ ਕਿ ਆਪਾਂ ਇਹ ਕਰਨਾ, ਪੰਜਾਬ 'ਚ ਬਿਮਾਰੀਆਂ ਬਹੁਤ ਜ਼ਿਆਦਾ ਨੇ, ਇਹ 'ਚ ਕੋਈ ਸ਼ੱਕ ਨਹੀਂ, ਪੰਜਾਬ 'ਚ ਇਲਾਜ ਬਿਲਕੁਲ ਮਾੜਾ ਹਾਲ ਹੈ। ਪੰਜਾਬ ਦੇ ਪ੍ਰਾਇਮਰੀ ਹੈਲਥ ਸੈਂਟਰ 'ਤੇ ਜਿਹੜਾ ਤੁਸੀਂ ਸਿਹਤ ਦਾ ਸਵਾਲ ਕਰਿਆ, 2950 ਸਬ ਸੈਂਟਰ ਸੀ ਪੰਜਾਬ 'ਚ 1980 'ਚ, ਅੱਜ ਚਾਹੀਦਾ 5,000 ਹੈ ਰੂਰਲ ਏਰੀਏ 'ਚ, ਅੱਜ ਵੀ 2950 ਨੇ ਰੂਰਲ 'ਚ, 1950 ਡਾਕਟਰ ਹੈਗੇ ਸਾਡੇ, ਇੱਦਾਂ ਹੀ 427 ਪ੍ਰਾਇਮਰੀ ਹੈਲਥ ਸੈਂਟਰ ਨੇ ਇਹਨਾਂ ਕੋਲ, ਚਾਹੀਦਾ ਰੂਰਲ 'ਚ 350 ਹੈ, ਚਾਹੀਦਾ 750 ਹੈ 1980। ਇਸ ਤਰ੍ਹਾਂ ਹੀ ਕਮਿਊਨਿਟੀ ਹੈਲਥ ਸੈਂਟਰ, ਇਹ ਮਾੜੇ ਤੋਂ ਮਾੜੇ ਨੋਰਮ ਨੇ, ਘੱਟੋ ਘੱਟ ਹਰੇਕ ਸਟੇਟ ਨੇ ਲਾਗੂ ਕਰਨੇ ਨੇ। ਕਮਿਊਨਿਟੀ ਹੈਲਥ ਸੈਂਟਰ ਇੱਥੇ 185 ਚਾਹੀਦੇ ਨੇ ਅਤੇ ਰੂਰਲ ਏਰੀਆ 'ਚ ਸਿਰਫ 90 ਨੇ, ਅਤੇ ਉਹਨਾਂ ਦੇ ਵਿੱਚ ਵੀ ਸਪੈਸ਼ਲਿਸਟਾਂ ਦੀਆਂ ਪੋਸਟਾਂ ਆਫੀਸ਼ੀਅਲੀ, ਇੱਕ ਇਕੱਲੀ ਪੰਜਾਬ ਸਟੇਟ ਹੈ ਜਿਹਨੇ 2013 'ਚ ਸਪੈਸ਼ਲਿਸਟ ਪੋਸਟਾਂ ਹੀ ਖਤਮ ਕਰਤੀਆਂ, ਪੋਸਟਾਂ ਖਤਮ ਕਰਤੀਆਂ। ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਿਆਸਤ ਇਸ ਮੁੱਦੇ 'ਤੇ ਹੋਣੀ ਚਾਹੀਦੀ ਹੈ, ਸਾਨੂੰ ਸਿਹਤ ਸੇਵਾਵਾਂ ਕਿੰਨੀਆਂ ਚਾਹੀਦੀਆਂ ਹੈਗੀਆਂ। ਇੱਕ ਹਸਪਤਾਲ 'ਤੇ ਸਿਰਫ ਜੇ ਸਿਆਸਤ ਹੋ ਰਹੀ ਹੈ ਤਾਂ ਉਹ ਸਿਆਸਤ ਦਾ ਕੋਈ ਨਾ ਕੋਈ ਏਜੰਡਾ ਤਾਂ ਹੋਵੇਗਾ। ਇਸੇ ਕਰਕੇ ਸਵਾਲ ਪੁੱਛ ਰਹੇ ਹਾਂ, ਏਮਸ ਦਾ ਏਜੰਡਾ ਹੈ ਕੀ ਹੈ? ਬ੍ਰੇਕ ਤੋਂ ਵਾਪਸ ਆ ਰਹੇ।
ਬਠਿੰਡਾ ਵਿੱਚ ਏਮਸ ਦਾ ਕੰਮ ਸ਼ੁਰੂ ਕਰਾ ਕੇ ਹਰਸਿਮਰਤ ਕੌਰ ਬਾਦਲ ਨੇ ਕਿਹੜੀ ਸਿਆਸਤ ਨੂੰ ਆਕਸੀਜਨ ਦਿੱਤੀ ਹੈ? ਰਿੰਪਲ ਮਿੱਡਾ ਡਾਕਟਰ ਪਿਆਰਲਾ ਗਰਗ ਨੇ ਬਹੁਤ ਚੀਜ਼ਾਂ ਕਰਾਈਆਂ ਹੈਗੀਆਂ, ਸਾਡੇ ਕੋਲ ਸਪੈਸ਼ਲਿਸਟ ਡਾਕਟਰ ਹੈ ਜਿਹੜੀ ਉਹਦੇ 'ਤੇ ਭਰਤੀ 'ਤੇ ਰੋਕ ਲੱਗੀ ਹੋਈ ਹੈ, ਹੋਰ ਜਿਹੜੇ ਕਮਿਊਨਿਟੀ ਸੈਂਟਰ ਆ ਸਾਡੇ ਹੈਲਥ ਡਿਸਪੈਂਸਰੀਆਂ ਹੈ ਕਿ ਉਹਨਾਂ ਦੇ ਹਾਲਾਤ ਉਹਨਾਂ ਨੇ ਦੱਸਦੇ ਹੈ ਕਿ ਹੈ ਜੇ ਅੰਕੜਿਆਂ 'ਤੇ ਕੋਈ ਸ਼ੱਕ ਹੈਗਾ ਤਾਂ ਡਾਕਟਰ ਪਿਆਰਲਾ ਗਰਗ 'ਤੇ ਵੀ ਕੇਸ ਠੋਕ ਦਿਓ। ਮੇਰਾ ਸਵਾਲ ਇਹ ਹੈਗਾ ਰਿੰਪਲ ਮਿੱਡਾ, ਉਹਦੇ ਉਸ ਉਹਨਾਂ ਮੁੱਦਿਆਂ 'ਤੇ ਸਿਆਸਤ ਕਰੋ ਤੁਸੀਂ ਜਿਹੜੀਆਂ ਸਿਹਤ ਸੇਵਾਵਾਂ ਸਾਡੇ ਕੋਲ ਹੈ ਨਹੀਂ, ਅਸੀਂ ਸਿਆਸਤ ਕਰਦੇ ਹਾਂ ਐਨਓਸੀ ਨਹੀਂ ਦੇਣੀ ਗੀ, ਰੋਕ ਲਓ ਕਰ ਲਓ ਕੀ ਕਰਨਾ, ਇਹ ਕੀ ਕਰ ਰਹੇ ਅਸੀਂ? ਨਹੀਂ ਨਹੀਂ ਕੇ ਪੀ ਜੀ, ਦੇਖੋ ਜਿਹੜੀਆਂ ਉਹਨਾਂ ਨੇ ਜਿਹੜੀਆਂ ਸਿਹਤ ਸੇਵਾਵਾਂ ਦੀ ਗੱਲ ਕੀਤੀ ਹੈ, ਸਹੂਲਤਾਂ ਦੀ, ਇਹ ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਕੋਈ ਕੰਮ ਨਹੀਂ ਹੋਇਆ। ਪਰ ਜਿਹੜੀ ਦੂਸਰੀ ਗੱਲ ਇਹ ਹੈਗੀ ਹੈ ਕਿ ਇਸ ਦੇ ਉੱਤੇ ਸਿਆਸਤ, ਅਸੀਂ ਨਹੀਂ ਕੋਈ ਸਿਆਸਤ ਕਰ ਰਹੇ, ਇਸ ਦੇ ਉੱਤੇ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਕੀਤੀ ਜਾਈ, ਅਸੀਂ ਵਾਰ ਵਾਰ ਕਹਿ ਰਹੇ ਹਾਂ, ਹੁੱਬ ਹੁੱਬ ਕੇ ਕਹਿ ਰਹੇ ਹਾਂ ਕਿਹੜੇ ਐਨਓਸੀ ਦੀ ਗੱਲ ਕਰਦੇ ਨੇ ਤੇ ਕਿਹੜੇ ਅੜਿੱਕੇ ਦੀ ਗੱਲ ਕਰਦੇ ਨੇ। ਬਾਦਲ ਬਠਿੰਡਾ ਲੜਨਾ ਨਹੀਂ, ਤੁਹਾਨੂੰ ਇਹ ਉਮੀਦ ਸੀ? ਮੈਂ ਇਹ ਹਜੇ ਵੀ ਹੈਗੀ ਹੈ ਹਜੇ, ਮੈਂ ਇੱਕ ਮਿੰਟ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਕਿਹੜੇ ਐਨਓਸੀ ਦੀ ਗੱਲ ਕਰਦੇ ਨੇ ਜਿਹੜਾ ਅਸੀਂ ਰੋਕਿਆ? ਮੈਨੂੰ ਮੌਕਾ ਨਹੀਂ ਦਿੱਤਾ, ਸਾਰੇ ਦੱਸ ਦਿੰਦਾ, ਇਹ ਨਹੀਂ ਦੱਸ ਪਾਏ ਮੈਂ ਨਹੀਂ ਇਸੇ ਡਿਬੇਟ 'ਚ ਦੱਸੇ ਨੇ। ਹਾਂ ਦੱਸੋ, ਤੇ ਕਹਿੰਦਾ ਮੈਂ ਦੁਬਾਰਾ ਦੱਸ ਦੋ ਨਾ, ਮੈਂ ਦੁਬਾਰਾ ਦੱਸ ਦਿੰਦਾ, ਇੱਕ ਇੱਕ ਨੂੰ ਗਿਣਾ ਦਿੰਦਾ। ਹਾਂ ਇਨਵਾਇਰਮੈਂਟ ਕਲੀਅਰੈਂਸ ਦੀ ਤਾਂ ਗੱਲ ਹੋਈ ਹੋਈ ਹੈ, ਉਸ ਤੋਂ ਇਲਾਵਾ ਆਪਣਾ ਜਿਹੜੀ ਗੱਲ ਹੋਈ ਹੈ ਵੀ ਆਪਣਾ ਤੁਸੀਂ ਇਲੈਕਟ੍ਰਿਸਿਟੀ ਗ੍ਰਿਡ ਬਣਾਉਣਾ ਹੈ ਉੱਥੇ, ਉਹਦੇ ਤੁਸੀਂ ਟੈਂਡਰ ਤੱਕ ਨਹੀਂ ਕੱਢੇ, ਗ੍ਰਿਡ ਕਦੋਂ ਬਣੂਗਾ? ਫਿਰ ਤੁਸੀਂ ਉਹ ਜਿਹੜੀ ਸਿੰਪਲ ਜਿਹੀ ਗੱਲ ਹੈ ਵੀ ਖਾਲੇ ਇਰੀਗੇਸ਼ਨ ਦੇ ਬਾਹਰ ਕੱਢਣੇ ਹੈ, ਡੇਢ ਸਾਲ ਤੋਂ ਤੁਹਾਨੂੰ ਕਹੀ ਜਾ ਰਹੇ ਕਿ ਕੱਢ ਦਿਓ, ਉਹ ਤੁਸੀਂ ਨਹੀਂ ਕੱਢੇ, ਤਾਰਾਂ ਤੱਕ ਤੁਸੀਂ ਬਾਹਰ ਨਹੀਂ ਲੈ ਕੇ ਗਏ, ਜਿਹੜੀ ਪਹਿਲੇ ਬਾਉਂਡਰੀ ਵਾਲ ਸੀਗੀ ਉਹ ਬੜੀ ਮੁਸ਼ਕਿਲ ਕਹਿ ਕੁਆ ਕੇ ਸ਼ੁਰੂ ਕਰਵਾਏ ਸਾਰੇ ਮੁੱਦੇ, ਫਿਰ ਦੁਬਾਰਾ ਦੇਖੋ ਜਿਹੜੇ ਇਹ ਔਰ ਨੱਡਾ ਸਾਹਿਬ ਨੇ ਚਿੱਠੀਆਂ ਲਿਖੀਆਂ ਇਹ ਸਾਨੂੰ, ਤੇ ਤੁਸੀਂ ਕਹਿ ਸਕਦੇ ਹੋ ਕੁਝ? ਮਿਸਟਰ ਜੇਪੀ ਨੱਡਾ ਵੀ ਕਹੇ, ਜੇਪੀ ਨੱਡਾ ਵੀ ਰਿੰਪਲ ਮਿੱਡਾ ਸਾਹਿਬ ਸੁਣ ਲਓ, ਇੱਕ ਇਹਨਾਂ ਜੇਪੀ ਨੱਡਾ ਜ਼ਿਕਰ ਕੀਤਾ, ਸਾਡੇ ਹੈਲਥ ਮਿਨਿਸਟਰ, ਇੱਕ ਇਹਨਾਂ ਨੇ ਜ਼ਿਕਰ ਜਿਹੜਾ ਕੀਤਾ ਹੈਗਾ ਮਲੋਟ ਦੇ ਵਿੱਚ ਪੀਐਮ ਮੋਦੀ ਆਏ ਸੀ ਉਦੋਂ ਵੀ ਉਹ ਕਹਿ ਕੇ ਗਏ, ਜਦੋਂ ਉਹਨਾਂ ਨੇ ਨੀਂਹ ਪੱਥਰ ਰੱਖਿਆ ਉਦੋਂ ਵੀ ਉਹਨਾਂ ਨੇ ਕਿਹਾ ਸੀਗਾ ਵੀ ਸਾਡੀ ਸਰਕਾਰ ਦਾ ਕੰਮ ਹੈ, ਅਸੀਂ ਜਿਹੜਾ ਪ੍ਰੋਜੈਕਟ ਅਨਾਊਂਸ ਕਰਦੇ ਹਾਂ ਅਸੀਂ ਆਪਦੇ ਕਾਰਜਕਾਲ ਦੇ ਵਿੱਚ ਪੂਰਾ ਕਰਨਾ ਹੈਗਾ, ਠੀਕ ਹੈ, ਪਰ ਇਹ ਪ੍ਰੋਜੈਕਟ 2020 ਤੱਕ ਮੁਕੰਮਲ ਹੋਵੇਗਾ। ਸਵਾਲ ਇਹ ਹੈਗਾ ਰਿੰਪਲ ਮਿੱਡਾ ਸਾਹਿਬ, ਤੁਸੀਂ ਨਹੀਂ ਚਾਹੁੰਦੇ ਕਿ ਮਿਸ਼ਨ 2019 ਹੈ ਜਿਹੜਾ ਉਹ ਸਿਆਸਤ ਲਈ ਸਫਲ ਹੋ ਜਾਵੇ? ਜੇ ਸਿਆਸਤ ਲਈ ਨਹੀਂ ਚਾਹੁੰਦੇ ਨਾ ਕਰੋ, ਤੁਸੀਂ ਲੋਕਾਂ ਲਈ ਸਫਲ ਕਰ ਦਿਓ। ਦੇਖੋ ਮੈਂ ਇਹ ਗੱਲ ਕਹੀਏ, ਇਹ 2016 ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਹੈ, ਹੁਣ 2019 ਵੇਲੇ ਇੱਕ ਮਿੰਟ ਫੇਰ ਨਹੀਂ ਮੈਨੂੰ ਗੱਲ ਕਰਨ ਦੇ ਰਹੇ ਜੀ, ਮੈਨੂੰ ਬੋਲ ਤਾਂ ਲੈਣ ਦਿਓ, ਮੈਨੂੰ ਗੱਲ ਤਾਂ ਕਰ ਲੈਣ ਦਿਓ। ਨਹੀਂ ਨਹੀਂ ਤੁਸੀਂ ਆਪਣੀ ਗੱਲ ਕਰਨਾ ਜਚਾਓ ਨਾ, ਆਪਣੇ ਤਰੀਕੇ ਨਾਲ ਨਾ ਜਚਾਓ ਜੋ ਹਕੀਕਤ ਹੈ। ਫੈਕਚੁਅਲ ਤਾਂ ਇਹੀ ਹੈ ਕਿ ਤੁਸੀਂ ਵੋਟਾਂ ਲਈ ਰੋਣਾ ਪਾ ਰਹੇ ਹੋ, ਅਸੀਂ ਬਿਲਕੁਲ ਅੜਿੱਕਾ ਨਹੀਂ ਡਾ ਰਹੇ, ਅਸੀਂ ਕੋਆਪਰੇਟ ਕਰ ਰਹੇ ਹਾਂ। 1 ਅਕਤੂਬਰ 2016 ਦਾ ਪ੍ਰੋਜੈਕਟ, ਦੇਖੋ ਜੀ ਕੋਈ ਗੱਲਾਂ ਕਰ ਰਹੇ ਨੇ, ਇਹ ਹੁਣ ਦੇਖੋ ਮੈਂ ਕਲੀਅਰ ਕਰਾਂ, ਜਿਹੜੀ ਐਨਓਸੀ ਹੈ ਦੇਖੋ ਮੈਂ ਕਲੀਅਰ ਕਰਾਂ ਕਿ ਡੀਆਰਐਮ ਡਾਇਰੈਕਟਰ ਮੈਡੀਕਲ ਰਿਸਰਚ ਨੇ ਇੱਕ ਐਨਓਸੀ ਜਾਰੀ ਕਰਨਾ ਹੁੰਦਾ ਹੈ ਔਰ ਉਸ ਨੂੰ ਇੱਕ ਪ੍ਰੋਪਰ ਜਿਹੜਾ ਉੱਥੇ ਅਪਲਾਈ ਕਰਨਾ ਹੁੰਦਾ ਹੈ। ਇਹ ਜਿਹੜੀ ਜੇਪੀ ਨੱਡਾ ਦੀ ਚਿੱਠੀ ਦੀ ਹਵਾਲਾ ਦਿੱਤਾ ਹੈ, 8-10 ਦੀ ਚਿੱਠੀ ਹੈ, ਇਹ ਆਪਣੇ ਕਾਰਜਕਾਲ ਦੇ ਵਿੱਚ ਇਹਨਾਂ ਨੇ ਸਮਾਂ ਗਵਾਇਆ ਔਰ ਹੁਣ ਜਗਵੀਰ ਤੁਹਾਡੇ ਤੇ ਇਲਜ਼ਾਮ ਬੜਾ ਸਿੱਧਾ ਲਾ ਰਹੇ ਹੈ, ਤੁਸੀਂ 2019 ਦੀਆਂ ਵੋਟਾਂ ਇਕੱਠੀਆਂ ਕਰਨੀਆਂ, ਮੈਂ ਕਹਿੰਦਾ ਮੇਰੇ ਵੱਲੋਂ ਤੁਸੀਂ ਜਵਾਬ ਦੇ ਦਿਓ, ਇੰਨੇ ਫੈਕਟਸ ਤੇ ਤੁਹਾਨੂੰ ਵੀ ਪਤਾ ਹੈ ਕਿ ਐਨਓਸੀ ਐਪਲੀਕੇਸ਼ਨ ਹੋਈ ਕਿ ਨਹੀਂ ਹੋਈ। ਮਿੱਡਾ ਜੀ ਨੇ ਤਾਂ ਇੱਥੋਂ ਤੱਕ ਮਤਲਬ ਦੇਖੋ, ਮਿੱਡਾ ਜੀ ਨੂੰ ਗੱਲ ਕਰਨੀ ਨਹੀਂ ਚਾਹੀਦੀ ਸੀ ਕਿ ਨੱਡਾ ਸਾਹਿਬ ਨੇ ਜੀ 8 ਅਗਸਤ ਨੂੰ ਕਿਹਾ, ਉਹ ਨੱਡਾ ਸਾਹਿਬ ਦੇ 8 ਅਗਸਤ ਨੂੰ ਚਿੱਠੀ ਲਿਖ ਰਿਹਾ ਕਿ ਸਾਲ ਦੇ ਐਨਓਸੀ ਕਿਹਾ ਤੁਹਾਨੂੰ, ਸਾਲ ਦੇ ਐਪਲੀਕੇਸ਼ਨ ਤੁਹਾਡੇ ਕੋਲ ਪਈਆਂ, ਅਸੀਂ ਕਿਉਂ ਰੋਕਾਂਗੇ, ਤੁਹਾਡਾ ਮੰਤਰੀ ਰੋਕ ਰਿਹਾ। ਪੈਟੀ ਪੋਲਿਟਿਕਸ, ਡਿਪਟੀ ਕਮਿਸ਼ਨਰ ਨੂੰ ਰੋਕਾ ਗਿਆ ਕਿ ਯੂਨੀਅਨ ਮਿਨਿਸਟਰ ਦੇ ਫੰਕਸ਼ਨ ਤੇ ਨਹੀਂ ਜਾਣਾ, ਡਿਸਟ੍ਰਿਕਟ ਆਫੀਸਰ ਨੂੰ ਰੋਕਿਆ ਗਿਆ। ਗਰੀਬ ਡਾਕਟਰ ਪਹਿਲਾਂ ਕਰਕੇ ਇਹ ਗਰੀਬਾਂ ਦੀ ਗੱਲ ਕਰ ਰਹੇ ਹਾਂ, ਕਰਨੀ ਚਾਹੀਦੀ ਵੀ ਹੈ।
ਗਰੀਬਾਂ ਲਈ ਕੰਮ ਕਿੰਨਾ ਹੋ ਰਿਹਾ ਸਵਾਲ ਇਹ ਵੀ ਹੈਗਾ ਡਾਟਾ ਪਹਿਲਾਂ ਕਰਕੇ ਜਿਹੜਾ ਅੱਜ ਦਾਅਵਾ ਇਹ ਕੀਤਾ ਗਿਆ ਕਿ ਜਨਵਰੀ ਫਰਵਰੀ ਦੇ ਵਿੱਚ ਫਰਵਰੀ ਜਿਹੜੀ ਡੈਡਲਾਈਨ ਰੱਖੀ ਗਈ ਹੈ ਓ ਪੀ ਡੀ ਸ਼ੁਰੂ ਕਰ ਦਾਂਗੇ ਡਾਇਗਨੋਸ ਸੈਂਟਰ ਸ਼ੁਰੂ ਕਰ ਦਾਂਗੇ ਉਹ ਪੋਸੀਬਲ ਹੈ ਦੇਖੋ ਮੈਨੂੰ ਤਾਂ ਜਿਹੜੀ ਅਜੇ ਟੈਂਡਰ ਹੋਣਾ ਮਈ ਦੇ ਵਿੱਚ ਟੈਂਡਰ ਦੀ ਗੱਲ ਚੱਲ ਰਹੀ ਸੀ ਬਿਲਡਿੰਗ ਦੇ ਟੈਂਡਰ ਦੀ ਜਿਹੜੇ ਬਿਲਡਿੰਗ ਦੇ ਟੈਂਡਰ ਇੰਨੀ ਜੇ ਤਾਂ ਬਹੁਤ ਹੀ ਜ਼ਿਆਦਾ ਕੋਈ ਜਿਵੇਂ ਅਸੀਂ ਕਿਹਾ ਉਹ ਜਿਹੜੇ ਮੈਂ ਪ੍ਰੋਜੈਕਟ ਦੱਸਿਆ 6 ਮਹੀਨੇ ਸ਼ੁਰੂ ਕਰਿਆ ਉਹ ਅਲਟਰਨੇਟ ਉੱਥੇ ਹਸਪਤਾਲ ਨਵਾਂ ਬਣਿਆ ਹੋਇਆ ਸੀ ਆਲਰੇਡੀ ਬਣਿਆ ਹੋਇਆ ਸੀ ਅਸੀਂ ਉੱਥੇ ਕਲਾਸਾਂ ਸ਼ੁਰੂ ਕਰਤੀਆਂ ਬਿਲਡਿੰਗਾਂ ਆਪਾਂ ਨੂੰ ਵੀ ਪਤਾ ਵੀ 6 ਮਹੀਨੇ 'ਚ ਕੋਈ ਬਿਲਡਿੰਗ ਏਮਸ ਦੀ ਛੱਡੋ ਕੋਈ ਹਸਪਤਾਲ ਦੀ ਨਹੀਂ ਖੜੀ ਹੋ ਸਕਦੀ ਜੇ ਖੜੀ ਹੋਊ ਤਾਂ ਫਿਰ ਉਹ ਛੇਤੀ ਢਹਿ ਵੀ ਜਾਏਗੀ ਸੋ ਉਹਦੇ ਵਿੱਚ ਜਿਹੜਾ ਉਹਨੂੰ ਇੱਕ ਨੈਚੁਰਲ ਟਾਈਮ ਹੋਰ ਸਾਰਾ ਕੁਝ ਚਾਹੀਦਾ ਜਿੰਨੀ ਦੂਜੀ ਗੱਲ ਮੇਰੀ ਇੱਕ ਅੰਡਰਸਟੈਂਡਿੰਗ ਇਹ ਹੈ ਮੋਟੀ ਜੀ ਮੈਂ ਮਹਿਕਮੇ 'ਚ ਰਿਹਾ ਐੱਨ ਓ ਸੀ ਸਰਕਾਰੀਆਂ ਵਾਸਤੇ ਵੀ ਕਰਦੇ ਹਾਂ ਦੂਜਿਆਂ ਵਾਸਤੇ ਵੀ ਇਹਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ ਕੋਈ ਚੱਕਰ ਹੈ ਜਿਹੜੇ ਤਾਂ ਸੈਂਟਰ ਗੌਰਮੈਂਟ ਦੇ ਉੱਥੇ ਜਿਹੜੇ ਵੀ ਬੰਦੇ ਲਾਏ ਹੋਏ ਨੇ ਉਹਨੂੰ ਪ੍ਰੋਜੈਕਟ ਨੂੰ ਕਰਨ ਵਾਸਤੇ ਨਾ ਤਾਂ ਉਹਨਾਂ ਨੇ ਉਹਨਾਂ ਮੇਰੇ ਹਿਸਾਬ ਨਾਲ ਇਹ ਚੈੱਕ ਕਰ ਲੈਣ ਨਾ ਇੱਥੋਂ ਦੀ ਬਿਊਰੋਕਰੇਸੀ ਨੇ ਕੁਝ ਕਰਿਆ ਸਟੇਟ ਜੀ ਨੇ ਵੀ ਭਾਈ ਇਹ ਇੱਕ ਲੋਕਾਂ ਵਾਸਤੇ ਦੱਸੋ ਕੇਂਦਰੀ ਮੰਤਰੀ ਜਦੋਂ ਬਠਿੰਡਾ ਦੇ ਵਿੱਚ ਇਹ ਗੱਲ ਕਵੇ ਕਿ ਮੈਂ ਟਾਈਮ ਲਾਈਨ ਆ ਜਿਹੜੀ ਉਹ ਹਿੱਲਣ ਨਹੀਂ ਦਊਂਗਾ ਮੇਰੀ ਗੱਲ ਤਾਂ ਪੂਰੀ ਹੋ ਗਈ ਕਿਵੇਂ ਪੂਰੀ ਹੋ ਜੂਗੀ ਮੇਰੀ ਗੱਲ ਤਾਂ ਪੂਰੀ ਸੁਣ ਲਓ ਨਾ ਮੈਂ ਜਿਹੜੀ ਕਹਿਣਾ ਮੈਂ ਇਹ ਕਹਿਣਾ ਵੀ ਜਿਹੜੇ ਵੀ ਐਨ ਓ ਸੀ ਲੈਣੇ ਨੇ ਚਾਹੇ ਸੀ ਐਲ ਯੂ ਹੈ ਚਾਹੇ ਇਨਵਾਇਰਮੈਂਟ ਕਲੀਅਰੈਂਸ ਹੈ ਚਾਹੇ ਪੋਲਿਊਸ਼ਨ ਦਾ ਸਵਾਲ ਹੈ ਚਾਹੇ ਉੱਥੇ ਬਿਜਲੀ ਦਾ ਸਵਾਲ ਹੈ ਚਾਹੇ ਗ੍ਰਿਡ ਲਾਉਣ ਦਾ ਜੋ ਵੀ ਨੇ ਸਰਟਨ ਕੰਡੀਸ਼ਨਸ ਨੇ ਉਹ ਪੀ ਐਮ ਓ ਯੂ 'ਚ ਹੋ ਸਕਦਾ ਹੈ ਲਿਖੀਆਂ ਵੀ ਹੁਣ ਵੀ ਸਟੇਟ ਨੇ ਪੂਰੀਆਂ ਕਰਨੀਆਂ ਨੇ ਕਿਉਂਕਿ ਆਮ ਤੌਰ 'ਤੇ ਜਦ ਐਮ ਓ ਯੂ ਕਰੇ ਜਾਂਦੇ ਨੇ ਉਦੋਂ ਇਹ ਸਾਰੀਆਂ ਗੱਲਾਂ ਤੈਅ ਹੁੰਦੀਆਂ ਨੇ ਅਸੀਂ ਮੈਡੀਕਲ ਕਾਲਜ ਸ਼ਿਫਟ ਕਰਿਆ ਸਾਡੇ ਕੋਲ ਤੈਅ ਹੁੰਦਾ ਹੈ ਉਹ ਤੈਅ ਸ਼ੁਦਾ ਦੇ ਵਿੱਚ ਕੀ ਕਰਨਾ ਹੁੰਦਾ ਦੋ ਤਰ੍ਹਾਂ ਹੋ ਗਈਆਂ ਇੱਕ ਧਿਰ ਜਿਹੜੀ ਉਸ ਨੂੰ ਏਮਸ ਨੂੰ ਬਣਵਾ ਰਹੀ ਹੈ ਉਹ ਭਾਰਤ ਪੰਜਾਬ ਸਰਕਾਰ ਨਹੀਂ ਬਣਾ ਰਹੀ ਇੱਕ ਧਿਰ ਹੈ ਜਿਹੜੀ ਪੰਜਾਬ ਸਰਕਾਰ ਦੀ ਬਿਊਰੋਕਰੇਸੀ ਹੈ ਮੈਡੀਕਲ ਐਜੂਕੇਸ਼ਨ ਦੀ ਉਹਨੇ ਉਹਦੇ ਵਾਸਤੇ ਉਹਨੂੰ ਨਾਲ ਕੋਆਪਰੇਟ ਕਰਨਾ ਮੈਨੂੰ ਐਂ ਲੱਗਦਾ ਵੀ ਦੋਨੇ ਰੈਕਸ ਨੇ ਦੋਨੇ ਆਪਣਾ ਆਪਣਾ ਕੰਮ ਨਹੀਂ ਕਰਦੇ ਨਹੀਂ ਇਹ ਅੱਖਾਂ ਨਹੀਂ ਹੋਣਾ ਚਾਹੀਦਾ ਹੋਰ ਪਹਿਲੂ ਹੈ ਨਹੀਂ ਇਹ ਅੱਖਾਂ ਨਹੀਂ ਹੋਣਾ ਚਾਹੀਦਾ ਜਿਹੜਾ ਰਹਿ ਜਾਣਾ ਇੱਕ ਇੱਕ ਪਹਿਲੂ ਹੈ ਜਿਹੜਾ ਰਹਿ ਜਾਣਾ ਜੇ ਇਹਨਾਂ ਦੇ ਪਹਿਲੂ ਡਾਕਟਰ ਸਾਹਿਬ ਨੇ ਬੜਾ ਵਧੀਆ ਗੱਲ ਕੀਤੀ ਹਰਸਿਮਰਤ ਜੀ ਨੇ ਵੀ ਰਿਕੁਐਸਟ ਕੀਤੀ ਰਿਟਨ ਚਿੱਠੀਆਂ ਲਿਖੀਆਂ ਕਈ ਮਹੀਨੇ ਹੋ ਗਏ ਕਿ ਜਿੱਦਾਂ ਡਾਕਟਰ ਸਾਹਿਬ ਕਹਿ ਰਹੇ ਸੀ ਪੈਰਾਲਾ ਗਰਗ ਜੀ ਕਿ ਜਿਹੜਾ ਜਿਹੜਾ ਪਹਿਲਾ ਬੈਚ ਹੈ 100 ਸਟੂਡੈਂਟ ਦਾ ਬੈਚ ਹੈ 2019 ਦਾ ਸਾਨੂੰ ਸੈਂਟਰਲ ਯੂਨੀਵਰਸਿਟੀ ਬਠਿੰਡਾ ਉੱਥੇ ਜਗ੍ਹਾ ਦੇ ਦਿਓ ਵੀ 100 ਬੱਚੇ ਬਹਿ ਜਾਣ ਪਹਿਲਾ ਬੈਚ ਸ਼ੁਰੂ ਹੋ ਜਾਏ ਜਾਂ ਕੋਈ ਹੋਰ ਆਲਟਰਨੇਟ ਦੇ ਦਿਓ ਕਿਉਂਕਿ ਰੋਪੜ IIT ਤੁਸੀਂ ਦੇਖਿਆ ਹੋਏਗਾ ਸਾਡੇ ਵੇਲੇ ਬਣਿਆ ਸੀ ਉਹਦਾ ਵੀ ਪਹਿਲਾ ਬੈਚ ਜਿਹੜਾ ਸੀਗਾ ਉਸ ਟਾਈਮ ਬਿਲਡਿੰਗ ਤਿਆਰ ਨਹੀਂ ਸੀਗੀ ਉਹ ਪਹਿਲਾ ਬੈਠ ਸਰਕਾਰੀ ਕੋਈ ਹੋਰ ਬਿਲਡਿੰਗ 'ਚ ਲੱਗਾ ਸੀਗਾ ਉਹਦੇ ਵਾਸਤੇ ਵੀ ਇਹ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ ਜਸੇ ਸਿੰਘ ਤੁਹਾਨੂੰ ਲੱਗਦਾ ਵੀ ਗਰੀਬ ਦੀ ਲੜਾਈ ਲੜੀ ਜਾ ਰਹੀ ਹੈ ਬਿਲਕੁਲ ਵੀ ਨਹੀਂ ਇਹ ਗਰੀਬ ਦੀ ਲੜਾਈ ਤੁਹਾਨੂੰ ਕਿੱਥੋਂ ਲੱਗ ਰਿਹਾ ਮੈਂ ਕਿਹਾ ਤਾਂ ਦੇਖੋ ਆਪਨੇ ਲੜੀ ਹੈ ਗਰੀਬ ਦੀ ਲੜਾਈ ਸਰ ਦੇਖੋ ਜਿੱਥੇ ਤੱਕ ਗਰੀਬ ਦੀ ਲੜਾਈ ਹੈ ਹੈਲਥ ਦੀ ਸੇਵਾਵਾਂ 24% ਬਜਟ ਨਾ ਆਪਦਾ ਸਿਰਫ ਇੱਕੋ ਸਟੇਟ ਹੈ ਦਿੱਲੀ ਜਿਹੜੀ ਦੇ ਰਹੀ ਹੈ ਮੈਂ ਦਿੱਲੀ ਦੀ ਗੱਲ ਕਰਨਾ ਨਹੀਂ ਚਾਹੁੰਦਾ ਸੀ ਕਿਉਂਕਿ ਫਿਰ KPG ਨੇ ਮੈਨੂੰ ਉੱਥੇ ਕੋਈ ਨਾ ਕੋਈ ਗੱਲ ਕਰ ਦੇਣੀ ਹੈ ਕਿਉਂਕਿ ਚੰਗਾ ਵੀ ਨਹੀਂ ਲੱਗਦਾ ਇੱਥੇ ਜੇ ਪੰਜਾਬ ਦੀ ਗੱਲ ਹੋ ਰਹੀ ਹੈ ਹੁਣ ਇੱਥੇ ਜਿਸ ਹਿਸਾਬ ਨਾਲ ਤੁਸੀਂ ਜਿਹੜੀ ਬਾਈਟ ਚਲਾਈ ਸੀਗੀ ਉਹਨਾਂ ਦੀ PC ਦੀ ਮਤਲਬ ਜਿਸ ਤਰੀਕੇ ਨਾਲ ਬੀਬੀ ਜੀ ਮਤਲਬ ਕੈਪਟਨ ਸਾਹਿਬ ਨੂੰ ਜਾਂ ਮਨਪ੍ਰੀਤ ਬਾਦਲ ਦੇ ਖਿਲਾਫ਼ ਬੋਲ ਰਹੇ ਸੀਗੇ ਉਹ ਮਤਲਬ ਇਹ ਕਿਵੇਂ ਲੱਗ ਰਿਹਾ ਸੀ ਜਿਵੇਂ ਚੋਣ ਦਾ ਪ੍ਰਚਾਰ ਹੀ ਹੋ ਰਿਹਾ ਇਹਦੇ 'ਚ ਕੋਈ ਡਾਊਟ ਨਹੀਂ ਹੈ ਪਰ ਜੇ ਮੈਂ ਫਿਰ ਵੀ ਅੱਜ ਕਹਿੰਦਾ ਕਿ ਗਰਗ ਸਾਹਿਬ ਨੇ ਇੱਕ ਬਾਅਦ 'ਚ ਐਂਡ 'ਚ ਗੱਲ ਕਹੀ ਹੈ ਕਿ ਦੋਨੋਂ ਪਾਸੇ ਕੋਈ ਨਾ ਕੋਈ ਸ਼ਾਇਦ ਗਲਤੀ ਹੈਗੀ ਹੈ ਹੁਣ ਇਸ ਮੌਕੇ 'ਤੇ ਜੇ ਅੱਜ ਬੀਬੀ ਜੀ ਨੇ ਸਾਫ਼ PC ਕਰਕੇ ਜੇ ਦੋਸ਼ ਲਗਾਏ ਹੈ ਕੁਝ ਕਾਗਜ਼ਾਂ ਦੇ ਬੇਸ 'ਤੇ ਜੇ ਲਗਾਏ ਆ ਤੇ ਕੱਲ ਚਾਹੀਦਾ ਕਾਂਗਰਸ ਨੂੰ ਉਹਨੂੰ ਕਾਊਂਟਰ ਕਰਕੇ ਆਪਣੇ ਡਾਕੂਮੈਂਟਸ ਪੇਸ਼ ਕਰਨ ਦਾ ਠੀਕ ਹੈ ਜਿੱਥੇ ਜਿਹਦੇ ਨਾਲ ਅਸਲ 'ਚ ਕਲੈਰੀਫਿਕੇਸ਼ਨ ਹੋਏ ਕਿ ਪਤਾ ਲੱਗੇ ਵੀ ਕਿੱਥੋਂ ਗਲਤੀ ਹੈ ਚਲੋ ਠੀਕ ਹੈ ਡਾਟਾ ਪਹਿਲਾਂ ਲਾਸਟ ਕਮੈਂਟ ਮੈਨੂੰ ਤੁਹਾਡੇ ਚਾਹੀਦਾ ਤੁਸੀਂ ਆਪਣੀ ਗੱਲ ਵੀ ਰੱਖ ਲਿਓ ਮੇਰਾ ਸਵਾਲ ਵੀ ਲੈਣ ਨਾਲ ਏਮਸ ਦੇ ਨਾਲ ਮੈਡੀਕਲ ਐਜੂਕੇਸ਼ਨ ਨੂੰ ਉਤਸ਼ਾਹ ਮਿਲੇਗਾ ਪੰਜਾਬ ਦੇ ਵਿੱਚ ਜਾਂ ਨਹੀਂ ਪਹਿਲਾ ਸਵਾਲ ਇਹ ਹੈ ਵੀ ਉਹਨੂੰ ਮਿਲੇਗਾ ਕੋਈ ਸ਼ੱਕ ਨਹੀਂ ਦੂਜਾ ਜਵਾਬ ਜਿਹੜਾ ਮੈਂ ਕਹਿੰਦਾ ਇਹ ਅਜੇ ਵੀ ਗਲਤ ਹੈ ਇਹ ਕੋਈ IIT ਨਹੀਂ ਹੈ ਨਾ ਕੋਈ ਇੰਜੀਨੀਅਰਿੰਗ ਕਾਲਜ ਹੈ ਨਾ ਇਹ ਇੱਦਾਂ ਮੇਕ ਸ਼ਿਫਟ ਅਰੇਂਜਮੈਂਟ 'ਚ ਚਲਾਇਆ ਜਾ ਸਕਦਾ ਹੈ ਇੱਥੇ ਚੰਡੀਗੜ੍ਹ ਨੇ 32 ਸੈਕਟਰ ਦਾ ਹਸਪਤਾਲ ਚਲਾਇਆ ਮੈਡੀਕਲ ਕਾਲਜ ਚਲਾਇਆ ਸੀ 16 ਸੈਕਟਰ 500 ਬੈੱਡ ਦਾ 500 ਬੈੱਡ ਦਾ ਮਿਨੀਮਮ ਹਸਪਤਾਲ ਚਾਹੀਦਾ ਉਦੋਂ ਅਗਰ ਚੱਲ ਹੀ ਨਹੀਂ ਸਕਦਾ ਜੇ 500 ਬੈੱਡ ਦਾ ਹਸਪਤਾਲ ਨਹੀਂ ਤੁਹਾਡੇ ਕੋਲ ਚੱਲਦਾ ਤਾਂ ਤੁਸੀਂ ਏਮਸ ਚਲਾ ਨਹੀਂ ਸਕਦੇ ਏਮਸ ਮੈਡੀਕਲ ਕਾਲਜ ਨਹੀਂ ਮਤਲਬ ਫਰਵਰੀ ਤੱਕ ਇਹ ਦਾਅਵਾ ਜਿਹੜਾ ਜ਼ਮੀਨ ਤੇ ਨਹੀਂ ਉਤਰੂਗਾ ਫਰਵਰੀ ਤੱਕ ਇਹ ਦਾਅਵਾ ਜ਼ਮੀਨ ਤੇ ਨਹੀਂ ਉਤਰੂਗਾ ਇਹ ਇਹਨਾਂ ਦਾ ਮਤਲਬ ਟੈਂਡਰ ਤਾਂ ਪੰਜਾਬ ਸਰਕਾਰ ਨੇ ਵੀ ਕਰਦੀ ਸੀ ਇਹ ਬੀਬੀ ਜੀ ਨੇ ਉਹ ਪੋਲੀਟੀਕਲੀ ਮੋਟੀਵੇਟਡ ਸੀ ਮੈਡਮ ਪੋਸੀਬਲ ਨਹੀਂ ਹੈ ਇਹ ਟੈਂਡਰ ਤਾਂ ਪੰਜਾਬ ਸਰਕਾਰ ਕਾਲਜ ਦਾ ਮੇਰਾ ਸਵਾਲ ਬੜਾ ਸਿੰਪਲ ਹੈ OPD ਦਾ ਡਾਇਗਨੋਸਟਿਕ OPD ਦਾ ਮੈਂ ਜਿਹੜੀ ਗੱਲ ਕਹਿਣਾ ਵੀ ਦਾਖਲਿਆਂ ਦੇ ਵਾਸਤੇ ਕਲਾਸਾਂ ਸ਼ੁਰੂ ਕਰਨ ਵਾਸਤੇ ਮੈਡੀਕਲ ਕੌਂਸਲ ਦੀਆਂ ਮਿਨੀਮਮ ਨੋਰਮਸ ਨੇ ਉਹ ਚਾਹੇ ਸੈਂਟਰ ਦੀ ਇੰਸਟੀਚਿਊਟ ਹੋਵੇ ਚਾਹੇ ਸਟੇਟ ਦੀ ਹੋਵੇ ਚਾਹੇ ਪ੍ਰਾਈਵੇਟ ਹੋਵੇ ਸਭ ਨੂੰ ਪੂਰੇ ਕਰਨੇ ਪੈਂਦੇ ਬਾਕਾਇਦਾ ਇੰਸਪੈਕਸ਼ਨ ਸਾਡੇ ਮੈਡੀਕਲ ਕਾਲਜ ਦਾ ਰੋਜ਼ ਪੈਂਦਾ ਇਹਨਾਂ ਦੀ ਸਰਕਾਰ 'ਚ ਵੀ ਪੈਂਦਾ ਰਿਹਾ ਉਹਨਾਂ ਦੀ 'ਚ ਪੈਂਦਾ ਰਿਹਾ ਵੀ ਜੇ ਡੀਰਿਕੋਗਨਾਈਜ਼ ਹੋ ਜਾਂਦੇ ਇਹਨਾਂ ਕੋਲ ਟੀਚਰ ਨਹੀਂ ਹੈਗੇ
ਫਰਵਰੀ ਤੱਕ ਜਿਹੜਾ ਦਾਵਾ ਜ਼ਮੀਨ ਤੇ ਉਤਰੇਗਾ ਕਿ ਨਹੀਂ ਉਤਰੇਗਾ? ਮੈਨੂੰ ਤਾਂ ਲੱਗਦਾ ਨਹੀਂ ਵੀ ਫਰਵਰੀ ਤੱਕ ਕਲਾਸਾਂ ਸ਼ੁਰੂ ਹੋ ਸਕਣ, ਕੋਈ ਸਵਾਲ ਹੀ ਨਹੀਂ ਲੱਗਦਾ। ਚਲੋ ਬਹੁਤ ਧੰਨਵਾਦ ਜੰਗਵੀਰ ਸਿੰਘ ਤੁਹਾਡਾ, ਜਸੇ ਸਿੰਘ ਤੁਹਾਡਾ, ਡਾਕਟਰ ਪਹਿਲਾ ਗੱਲ ਤੁਹਾਡਾ, ਰਿਪਲ ਦਾ ਤੁਹਾਡਾ ਬਹੁਤ ਧੰਨਵਾਦ। ਸਿਆਸਤ ਕਰਨ ਵਾਲਿਓ, ਸਿਹਤ ਸੇਵਾ ਵਿੱਚ ਪੰਜਾਬ ਕਿੱਥੇ ਖੜਾ, ਇਹਨਾਂ 'ਤੇ ਸਿਆਸਤ ਕਰੋ ਤਾਂ ਫਿਰ ਮਜ਼ਾ ਆ ਜਾਵੇਗਾ, ਕਿਉਂਕਿ ਇਕੱਲੇ ਏਮਸ 'ਤੇ ਸਿਆਸਤ ਕਰੋਗੇ ਤਾਂ ਸ਼ਾਇਦ ਫਿਰ ਗਰੀਬਾਂ ਦੀ ਲੜਾਈ ਨਹੀਂ, ਇਹ ਸਿਆਸੀ ਲੜਾਈ ਰਹਿ ਜਾਵੇਗੀ। ਬਹੁਤ ਧੰਨਵਾਦ।